ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਿਗਾਰ ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ ਸਤਿਗੁਰਾਂ ਦੀ ਗੁਰਬਖਸ਼ਿਸ਼ ਗੁਰਫਤਿਹ ਦੀ ਹਾਜ਼ਰੀ ਲਵਾਈਏ ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਤ ਸੰਗਤ ਦਾ ਇਸ ਭਾਗਾ ਸਮਾਂ ਮਹਾਰਾਜ ਨੇ ਬਖਸ਼ਿਆ ਹੈ। ਆਪ ਸੰਗਤਾਂ ਗੁਰਬਾਣੀ ਪੜ੍ਹਦਿਆਂ ਹੋਇਆਂ ਸੁਣਦਿਆਂ ਹੋਇਆਂ ਇਹ ਅੰਮ੍ਰਿਤ ਵੇਲਾ ਗੁਰੂ ਕਿਰਪਾ ਨਾਲ ਸਫਲਾ ਬਣਾਇਆ ਹੈ। ਇਸ ਵੇਲੇ ਸਤਿਗੁਰੂ ਜੀ ਜਿੱਥੇ ਸਾਨੂੰ ਇਹ ਗੁਰਬਾਣੀ ਦੀ ਕਥਾ ਦੀ ਦਾਤ ਦੇ ਨਾਲ ਮਹਾਰਾਜ ਨਿਹਾਲ ਕਰਨ ਲੱਗੇ ਉੱਥੇ ਅੱਜ 6 ਜੂਨ ਦਾ ਜੋ ਦਿਹਾੜਾ ਹੈ ਅੱਜ 6 ਜੂਨ ਦਾ ਦਿਨ ਪ੍ਰਾਪਤ ਹੋ ਰਿਹਾ ਹੈ। ਸੋ ਸਮੇਂ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਸਤੇ ਬੜੀ ਵੱਡੀ ਗਿਣਤੀ ਦੇ ਅੰਦਰ ਫੌਜਾਂ ਨੂੰ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਦੇ ਵਿੱਚ ਲਾਇਆ ਹੈ। ਆਪ ਸੰਗਤਾਂ ਇਤਿਹਾਸ ਤੋਂ ਜਾਣੂ ਹੋ ਕਿ ਪੰਜਾਬ ਨੂੰ ਕੁੱਲ ਦੁਨੀਆ ਦੇ ਨਾਲੋਂ ਕੱਢ ਦਿੱਤਾ ਗਿਆ, ਅੰਮ੍ਰਿਤਸਰ ਨੂੰ ਪੂਰੇ ਪੰਜਾਬ ਨਾਲੋਂ ਵੱਖਰਾ ਕਰਕੇ ਓਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਜਿਹੜੇ ਨਿਰਦੋਸ਼ ਲੋਕ ਜਾਂ ਕਹਿ ਲਈਏ ਸੰਗਤ ਦਰਸ਼ਨ ਕਰਨ ਵਾਸਤੇ ਗਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਉਹਨਾਂ ਦਿਨਾਂ ਵਿੱਚ ਪ੍ਰਾਪਤ ਹੋ ਰਿਹਾ ਸੀਗਾ, ਇਸ ਦੇ ਸੰਬੰਧ ਵਿੱਚ ਸੰਗਤਾਂ
ਮਹਾਰਾਜ ਦੇ ਘਰ ਨਤਮਸਤਕ ਹੋਣ ਵਾਸਤੇ ਗਈਆਂ। ਉਸ ਵੇਲੇ ਸਮੇਂ ਦੀ ਹਕੂਮਤ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹ ਬਜ਼ੁਰਗ ਹਨ, ਨਾ ਵੇਖਿਆ ਕਿ ਇਹ ਬੱਚੇ ਹਨ, ਨਾ ਇਹ ਵੇਖਿਆ ਕਿ ਬੀਬੀਆਂ ਹਨ ਜਾਂ ਸ਼ਰਧਾਲੂ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਉਸ ਵੇਲੇ ਬੱਚਿਆਂ ਦੇ ਕਤਲ, ਬਜ਼ੁਰਗਾਂ ਦੇ ਕਤਲ ਅਤੇ ਇਸ ਤਰ੍ਹਾਂ ਔਰਤਾਂ ਨੂੰ ਬੇਪਤ ਕੀਤਾ ਗਿਆ। ਐਸਾ ਇਹ ਕੁਕਰਮ ਇਹ ਘਨੌਣਾ ਕਾਰਜ ਸਮੇਂ ਦੀ ਹਕੂਮਤ ਵੱਲੋਂ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਵੇਲੇ ਟੈਂਕਾਂ ਦੇ ਨਾਲ ਗੋਲੇ ਚਲਾ ਕੇ ਅਤੇ ਢਾ ਦਿੱਤਾ ਗਿਆ ਅਤੇ ਬੇਗਿਣਤ ਗਿਣਤੀ ਦੇ ਜਿਹੜੀਆਂ ਸੰਗਤਾਂ ਸਨ ਉਹਨਾਂ ਨੂੰ ਮਾਰ ਦਿੱਤਾ ਗਿਆ, ਕਈਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਰੱਖ ਦਿੱਤਾ ਗਿਆ। ਸੋ ਐਸਾ ਇਹ ਖੂਨੀ ਸਾਕਾ ਵਾਪਰਿਆ ਹੈ ਜਿਸ ਨੂੰ ਆਪਾਂ 6 ਜੂਨ ਦਾ ਨਾਮ ਦਿੰਦੇ ਹਾਂ। ਸੋ ਇਹ ਦਿਹਾੜਾ ਵੀ ਅੱਜ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ, ਪਰ ਉਸ ਦੇ ਨਾਲ ਨਾਲ ਜੋ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਹਾਂ, ਸੋ ਇਸ ਦਾ ਹੁਣ ਸਮਾਂ ਹੋਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਭਾਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਨ ਕਿ ਇਹ ਹੈ ਤੇਰੀ ਬਰੀਆ, ਬਚਨ ਮਹਾਰਾਜ ਦੀਆਂ ਦੇ ਕਿ ਇਹ ਜੋ ਮਨੁੱਖਾ ਸਰੀਰ ਹੈ ਇਹ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਾਨੂੰ ਮਿਲਿਆ, ਭਾਵੇਂ ਕਿ ਅਸੀਂ ਇਸ ਸਰੀਰ ਦੇ ਨਾਲ ਗੁਰਮੁਖੋ ਸੰਸਾਰ ਦੇ ਕਾਰ ਵਿਹਾਰ ਵਿੱਚ ਲੱਗ ਕੇ ਆਪਣੀ ਉਮਰਾਂ ਬਤੀਤ ਕਰ ਰਹੇ ਹਾਂ, ਪਰ ਅਸਲ ਵਿੱਚ ਇਹ ਸਰੀਰ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਦੀ ਇੱਕ ਵਾਰੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ। ਵਿਦਵਾਨ ਜਨ ਗੁਰਮੁਖ ਇੱਕ ਸਾਖੀ ਸਰਵਣ ਕਰਵਾਇਆ ਕਰਦੇ, ਕਹਿਣ ਲੱਗੇ ਇੱਕ ਗੰਜਾ ਵਿਅਕਤੀ ਨਾ ਸਿਰ 'ਤੇ ਵਾਲ ਨਹੀਂ ਅਤੇ ਉਸ ਵਿਚਾਰੇ ਦੇ ਹੱਥ ਵੀ ਨਹੀਂ, ਟੁੰਡਾ ਹੈ, ਕਿਲ੍ਹੇ ਦੇ ਵਿੱਚ ਘੇਰਿਆ ਗਿਆ, ਬੜਾ ਵੱਡਾ ਕਿਲ੍ਹਾ ਬਣਿਆ ਹੋਇਆ, ਇਸ ਕਿਲ੍ਹੇ ਦੇ 84 ਦਰਵਾਜ਼ੇ ਸਨ, ਸਾਰੇ ਦੇ ਸਾਰੇ ਦਰਵਾਜ਼ੇ ਬੰਦ ਨੇ, ਇੱਕ ਦਰਵਾਜ਼ਾ ਖੁੱਲ੍ਹਿਆ ਹੋਇਆ, ਬਾਕੀ 83 ਦਰਵਾਜ਼ੇ ਬੰਦ। ਇਹਨੇ ਕਿਸੇ ਵਿਅਕਤੀ ਨੂੰ ਪੁੱਛਿਆ, ਕਹਿਣ ਲੱਗਾ ਮੈਂ ਇਸ ਕਿਲ੍ਹੇ ਤੋਂ ਬਾਹਰ ਜਾਣਾ ਚਾਹੁੰਦਾ। ਉਹ ਵਿਅਕਤੀ ਬੜਾ ਸਿਆਣਾ ਹੈ, ਉਸਨੇ ਵਿਚਾਰ ਕਰਕੇ ਦੱਸਿਆ, ਕਹਿਣ ਲੱਗਾ ਇਸ ਤਰ੍ਹਾਂ ਕਰ, ਕੰਧ ਦੇ ਨਾਲ ਨਾਲ ਤੁਰਿਆ ਚੱਲ, ਅਤੇ ਕੰਧ ਨੂੰ ਟੋਂਹਦਾ ਹੋਇਆ ਤੁਰਿਆ ਚੱਲ, ਜਿਹੜਾ ਦਰਵਾਜ਼ਾ ਖੁੱਲ੍ਹਾ ਹੋਵੇਗਾ ਤੈਨੂੰ ਪਤਾ ਲੱਗ ਜਾਏ। ਕਹਿਣ ਲੱਗਾ ਠੀਕ ਹੈ। ਤੁਰਿਆ ਜਾਂਦਾ ਕੰਧ ਦੇ ਨਾਲ ਨਾਲ, 83 ਦਰਵਾਜ਼ੇ ਇਸਨੇ ਟੋਹ ਕੇ ਵੇਖ ਲਏ, ਸਾਰੇ ਹੀ ਬੰਦ ਨੇ। ਜਦੋਂ 84 ਨੰਬਰ ਦਰਵਾਜ਼ੇ 'ਤੇ ਪਹੁੰਚਿਆ, ਇਸ ਤੋਂ ਪਹਿਲਾਂ ਕਿ ਇਹ ਦਰਵਾਜ਼ੇ ਨੂੰ ਟੋਹ ਕੇ ਬਾਹਰ ਨਿਕਲਦਾ, ਉਸ ਦਰਵਾਜ਼ੇ ਦੇ ਉੱਪਰ ਮੱਖੀਆਂ ਦਾ ਸ਼ਹਿਦ ਲੱਗਾ ਹੋਇਆ, ਸ਼ਹਿਦ ਦਾ ਛੱਜਾ ਲੱਗਾ ਹੋਇਆ, 2-4 ਸ਼ਹਿਦ ਦੀਆਂ ਬੂੰਦਾਂ ਇਹਦੇ ਸਿਰ ਦੇ ਵਿੱਚ ਡਿੱਗੀਆਂ ਅਤੇ ਉਸ ਵੇਲੇ ਉਹ ਸਿਰ ਤੋਂ ਜਿਹੜਾ ਸ਼ਹਿਦ ਸੀ ਮੂੰਹ ਦੇ ਵਿੱਚ ਆ ਕੇ ਪੈ ਗਿਆ। ਬੜਾ ਸਵਾਦ ਲੱਗਾ, ਬੜਾ ਮਿੱਠਾ ਹੈ। ਚੇਤਾ ਹੀ ਭੁੱਲ ਗਿਆ ਕਿ ਮੈਂ ਇੱਥੋਂ ਦਰਵਾਜ਼ੇ ਨੂੰ ਵੀ ਟੋਹਣਾ ਹੈ, ਇੱਥੋਂ ਬਾਹਰ ਨਿਕਲਣਾ ਹੈ। ਸਗੋਂ ਆਪਣੇ ਵੱਢੇ ਹੋਏ ਹੱਥ ਦੇ ਟੁੰਡ ਦੇ ਨਾਲ ਉਹ ਸ਼ਹਿਦ ਨੂੰ ਚੱਟਦਾ ਚੜ੍ਹਦਾ ਫਿਰ ਅੱਗੇ ਲੰਘ ਗਿਆ, ਅੱਗੇ ਲੰਘ ਗਿਆ, ਅੱਗੇ ਫਿਰ 83 ਦਰਵਾਜ਼ੇ, ਹੁਣ ਦੁਬਾਰਾ ਫਿਰ ਚੱਕਰ ਲਾਉਣਾ ਪਵੇਗਾ। ਇਹ ਇੱਕ ਉਦਾਹਰਣ ਹੈ। ਕਹਿਣ ਲੱਗੇ ਭਾਈ ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਨਾ ਗੁਰਮੁਖਾ,
ਇਹ ਸੰਸਾਰਿਕ ਕਿਲ੍ਹਾ ਹੈ ਜਿਹਦੇ ਵਿੱਚ ਆਪਾਂ ਆਏ ਹੋਏ ਹਾਂ। 83 ਦਰਵਾਜ਼ੇ ਜਿਹੜੇ ਬੰਦ ਨੇ ਉਹ ਨੇ ਜਿਹੜੀਆਂ ਜੂਨਾਂ ਪਰਮਾਤਮਾ ਨੇ ਬਣਾਈਆਂ, ਪਸ਼ੂ ਬਣਾਏ, ਪੰਛੀ ਬਣਾਏ, ਇਹ ਸਾਰੀਆਂ ਜੂਨਾਂ ਰੂਪੀ ਇਹ ਦਰਵਾਜ਼ੇ ਬੰਦ ਨੇ। ਮੁਕਤੀ ਇਹਨਾਂ ਨੂੰ ਨਹੀਂ ਮਿਲਦੀ, ਪਸ਼ੂ ਮੁਕਤ ਨਹੀਂ ਹੁੰਦਾ, ਪੰਛੀ ਮੁਕਤ ਨਹੀਂ ਹੁੰਦਾ, ਇਹ ਮੁਕਤ ਨਹੀਂ ਹੋ ਸਕਦੇ, ਜਨਮਾਂ ਵਿੱਚ ਹੀ ਆਉਂਦੇ। ਇਹ ਜਿਹੜਾ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਮਨੁੱਖਾ ਇਹ ਸਰੀਰ ਮਿਲਿਆ ਸਾਨੂੰ, ਮਨੁੱਖਾ ਦੇਹ ਮਿਲੀ ਹੈ, ਇਹ ਪਰਮਾਤਮਾ ਦੇ ਵੱਲੋਂ ਖੁੱਲ੍ਹਾ ਦਰਵਾਜ਼ਾ ਸੀ ਜਿਹਦੇ ਵਿੱਚੋਂ ਦੀ ਲੰਘ ਕੇ ਇਹ ਸੰਸਾਰ ਤੋਂ ਬਾਹਰ ਹੋਣਾ ਹੈ ਅਤੇ ਪਰਮਾਤਮਾ ਨੂੰ ਮਿਲਣਾ ਹੈ। ਮਨੁੱਖਾ ਦੇਹ ਤਾਂ ਸਾਨੂੰ ਮਿਲ ਗਈ ਹੈ ਬਾਹਰ ਨਿਕਲਣ ਦਾ ਸਮਾਂ, ਪਰ ਜਦੋਂ ਬਾਕੀ ਜੂਨਾਂ ਵਿੱਚੋਂ ਭਰਮਦਿਆਂ ਅਸੀਂ ਮਨੁੱਖ ਜਨਮ ਦੇ ਵਿੱਚ ਆਏ ਨਾ, ਅਤੇ ਮਹਾਰਾਜ ਕਹਿਣ ਲੱਗੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਇਹੋ ਜਿਹਾ ਇੱਥੇ ਆਪਣਾ ਹੁਕਮ ਫੈਲਾਇਆ, ਇਹੋ ਜਿਹਾ ਹੁਕਮ ਵਰਤਾਇਆ, ਆਏ ਤਾਂ ਸੀ ਇਸ ਦਰਵਾਜ਼ੇ ਵਿੱਚੋਂ ਬਾਹਰ ਲੰਘਣ ਵਾਸਤੇ, ਪਰ ਬਾਹਰ ਕੀ ਲੰਘਣਾ ਹੈ। ਸੋ ਮਹਾਰਾਜ ਕਹਿਣ ਲੱਗੇ ਵੀ ਇਹ ਜੀਵ ਜਿਹੜਾ ਨਾ ਮਾਇਆ ਦੇ ਚਸਕੇ ਵਿੱਚ, ਪਦਾਰਥਾਂ ਦੇ ਮੋਹ ਦੇ ਵਿੱਚ ਇਹੋ ਜਿਹਾ ਪੈ ਗਿਆ, ਸੰਸਾਰ ਦੇ ਸਵਾਦਾਂ ਵਿੱਚ ਹੀ ਇੰਨਾ ਪੈ ਗਿਆ ਹੈ, ਜਿਵੇਂ ਕਿ ਉਹ ਗੰਜਾ ਵਿਅਕਤੀ ਜਿਹੜਾ ਅੰਨਾ ਹੈ ਜਿਹਨੂੰ ਦਿਸਦਾ ਨਹੀਂ, ਉਹ ਸ਼ਹਿਦ ਨੂੰ ਪ੍ਰਾਪਤ ਕਰਦਿਆਂ ਕਰਦਿਆਂ ਖੁੱਲ੍ਹੇ ਦਰਵਾਜ਼ੇ ਵਿੱਚੋਂ ਬਾਹਰ ਨਿਕਲਣ ਦੀ ਥਾਂ ਅਗਲੇ ਦਰਵਾਜ਼ਿਆਂ ਦੇ ਵਿੱਚ ਫਿਰ ਜਾ ਕੇ ਫਸਿਆ ਹੈ। ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ, ਇਹ ਜੀਵ ਬਾਕੀ ਜੂਨਾਂ ਵਿੱਚੋਂ ਨਿਕਲ ਕੇ ਮਨੁੱਖਾ ਜਨਮ ਦੇ ਵਿੱਚ ਆਇਆ, ਮਨੁੱਖਾ ਜਨਮ ਦੇ ਵਿੱਚ ਆ ਕੇ ਇੱਥੇ ਸੰਸਾਰਦਾਂ ਦੇ ਸੰਸਾਰ ਵਿੱਚ ਇਹੋ ਜਿਹਾ ਮੋਹ ਵਿੱਚ ਪੈ ਗਿਆ, ਪਦਾਰਥਾਂ ਦੇ ਸਵਾਦ ਵਿੱਚ ਪੈ ਗਿਆ ਹੈ ਕਿ ਹੁਣ ਸੰਸਾਰ ਤੋਂ ਨਿਕਲਣਾ ਬੜਾ ਭਾਰੀ ਔਖਾ ਹੈ। ਸੋ ਸਤਿਗੁਰੂ ਤਾਂ ਹੀ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਇਹ ਮਨੁੱਖਾ ਸਰੀਰ ਬੜੇ ਲੰਮੇ ਸਮੇਂ ਪਿੱਛੋਂ ਪ੍ਰਾਪਤ ਹੋਇਆ, ਜੋ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹ ਹੈ ਤੇਰੀ ਬਰੀਆ, ਇਹ ਵਾਰੀ ਦੇ ਦਿੱਤੀ ਨਾ ਪਰਮਾਤਮਾ ਨੇ, ਪਰ ਇਸ ਪੌੜੀ 'ਤੇ ਜੋ ਨਰ ਚੁੱਕਿਆ, ਜਿਹੜਾ ਇਸ ਪੌੜੀ ਤੋਂ ਚੁੱਕ ਗਿਆ, ਜਿਹਨੂੰ ਇਹ ਸਮਾਂ ਮਨੁੱਖਾ ਜਨਮ ਨਿਕਲ ਗਿਆ, ਪਾਤਸ਼ਾਹ ਕਹਿਣ ਲੱਗੇ ਫਿਰ ਉਹ ਜਨਮਾਂ ਵਿੱਚ ਪੈ ਕੇ ਦੁੱਖ ਪਾਉਂਦਾ ਹੈ। ਸੋ ਇਸ ਵਾਸਤੇ ਇਹ ਜੋ ਸਰੀਰ ਮਿਲਿਆ ਹੈ, ਇਸ ਨੂੰ ਪ੍ਰਾਪਤ ਕਰਕੇ ਨਾਮ ਜਪ ਕੇ ਸੰਗਤ ਵਿੱਚ ਬੈਠ ਕੇ ਸਫਲਾ ਕਰੀਏ ਤਾਂ ਕਿ ਸਾਡਾ ਜਨਮ ਸਫਲਾ ਹੋ ਜਾਵੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦੇ ਵਿਖਿਆਨ ਸਾਨੂੰ ਥਾਵਾਂ ਥਾਵਾਂ ਦੇ ਉੱਪਰ ਪ੍ਰਾਪਤ ਹੁੰਦਾ। ਸੋ ਗੁਰਮੁਖੋ, ਜਿਵੇਂ ਅੱਜ ਸਤਿਗੁਰੂ ਜੀ ਲੜੀਵਾਰ ਕਥਾ ਵਿੱਚੋਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ, ਸੋ ਮਹਾਰਾਜ ਜੀਆਂ ਦੇ ਉਹਨਾਂ ਸ਼ਬਦਾਂ ਦੀ ਵਿਚਾਰ ਨੂੰ ਆਪਾਂ ਸਰਵਣ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਲੈਣਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਇਹ ਮਨੁੱਖਾ ਜਨਮ ਕਿਵੇਂ ਸਫਲਾ ਕਰਨਾ ਹੈ ਅਤੇ ਕਿਸ ਵਾਸਤੇ ਅਸੀਂ ਦੁਨੀਆ 'ਤੇ ਆਏ ਹਾਂ, ਇਹ ਮਹਾਰਾਜ ਸਾਹਿਬ ਜੀਆਂ ਨੇ ਸਾਡੇ 'ਤੇ ਵੱਡੀ ਭਾਰੀ ਜੋ ਬਖਸ਼ਿਸ਼ ਕੀਤੀ ਹੈ। ਆਪਾਂ ਸਰੀਰ ਕਰਕੇ ਬੈਠੇ ਹਾਂ, ਮਹਾਰਾਜ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਮਨ ਕਰਕੇ ਬੈਠੀਏ, ਬੜੀ ਭਾਵਨਾ ਦੇ ਨਾਲ ਮਹਾਰਾਜ ਜੀਆਂ ਦੇ ਜੋ ਅੰਮ੍ਰਿਤ ਬਚਨ ਨੇ ਉਹਨਾਂ ਨੂੰ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹਲਾ ਤੀਜਾ। ਪੈਰੋਂ ਰਾਗ ਦਾ ਇਹ ਸ਼ਬਦ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਾਨੂੰ ਬਖਸ਼ਦੇ ਹਨ। ਸ਼ਬਦ ਵਿਚਾਰੇ ਸੋ ਜਨ ਸਾਚਾ। ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਗੁਰਮੁਖ ਸ਼ਬਦ ਦੀ ਵਿਚਾਰ ਕਰਦਾ ਹੈ, ਸ਼ਬਦ ਕੀ ਹੈ? ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਉਪਦੇਸ਼ ਸੁਣਦੇ ਤਾਂ ਸਾਰੇ ਹੀ ਨੇ, ਪਰ ਕੋਈ ਵਿਰਲਾ ਹੀ ਹੈ ਜਿਹੜਾ ਉਸ ਦੀ ਵਿਚਾਰ ਵੀ ਕਰਦਾ ਹੈ। ਮਹਾਰਾਜ ਕਹਿਣ ਲੱਗੇ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਪਾਤਸ਼ਾਹ ਕਹਿਣ ਲੱਗੇ, ਸ਼ਬਦ ਵਿਚਾਰੇ, ਸ਼ਬਦ ਨੂੰ ਸੁਣਦੇ ਤਾਂ ਸਾਰੇ ਹੀ ਨੇ, ਪਰ ਵਿਚਾਰ ਕੋਈ ਕੋਈ ਕਰਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਅਕਾਲ ਪੁਰਖ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ ਹੈ, ਜਿਨ ਕੈ ਹਿਰਦੈ ਸਾਚਾ ਸੋਈ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਸੱਚਾ ਦ੍ਰਿੜ ਹੋ ਗਿਆ ਹੈ, ਉਹ ਗੁਰਮੁਖ ਸੱਚਾ ਹੈ, ਉਸ ਨੂੰ ਸੱਚ ਦੀ ਪ੍ਰਾਪਤੀ ਹੈ। ਸਾਚੀ ਭਗਤ ਕਰੈ ਦਿਨ ਰਾਤੀ, ਉਹ ਫਿਰ ਗੁਰਮੁਖ ਦਿਨੇ ਰਾਤ ਭਗਤੀ ਕਰਦੇ, ਕਿਉਂਕਿ ਭਗਤੀ ਕਰਨੀ ਸੱਚੀ ਹੈ। ਸੱਚੀ ਭਗਤੀ ਨੂੰ ਦਿਨੇ ਰਾਤ, ਦਿਨ ਰਾਤੀਆਂ ਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ, ਥੋੜ੍ਹਾ ਜਿੰਨਾ ਵੀ ਢਿੱਲ ਨਹੀਂ ਵਰਤਾਉਂਦੇ। ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਦਿਨ ਰਾਤ ਭਗਤੀ ਕਰਦੇ ਹਨ, ਤਾਂ ਤਨ ਦੁੱਖ ਨਾ ਹੋਈ। ਗੁਰਮੁਖੋ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਜੇ ਉਹ ਚਾਹੁਣ ਨਾ ਤਾਂ ਸਰੀਰ ਕਰਕੇ ਦੁੱਖ ਆਉਂਦਾ ਹੀ ਨਹੀਂ, ਜੇ ਉਹ ਚਾਹੁਣ ਵੀ ਦੁੱਖ ਨਾ ਆਵੇ। ਜੇ ਉਹ ਚਾਹੁਣ ਕਿ ਦੁੱਖ ਆ ਜਾਵੇ ਕੋਈ ਗੱਲ ਨਹੀਂ, ਭਾਣੇ ਵਿੱਚ ਤਾਂ ਦੁੱਖ ਆ ਜ਼ਰੂਰ ਜਾਂਦਾ, ਪਰ ਉਹ ਦੁੱਖ ਨੂੰ ਦੁੱਖ ਕਰਕੇ ਮੰਨਦਾ ਹੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਆਪਣੀ ਮੌਜ ਨਾਲ ਆਪੇ ਹੀ ਦੁੱਖ ਲਿਆਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ 'ਤੇ ਬੈਠੇ ਸੀ, ਇਸ ਵਿੱਚ ਰੇਤਾ ਪੈਂਦਾ, ਗਰਮ ਪਾਣੀ ਦੇ ਦੇਗਚੇ ਵਿੱਚ ਉਬਾਲਿਆ ਜਾ ਰਿਹਾ, ਸਮੇਂ ਦੀ ਸਰਕਾਰ 'ਤੇ ਦੁੱਖ ਦੇ ਰਹੀ ਹੈ ਨਾ। ਸਤਿਗੁਰੂ ਜੀ ਇਹ ਦੁੱਖ ਆਪ ਹੀ ਭਾਣੇ ਵਿੱਚ ਰਹਿ ਕੇ ਆਪਣੇ ਸਰੀਰ 'ਤੇ ਲੈ ਲਿਆ, ਪਰ ਦੁੱਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਦੁਖੀ ਨਹੀਂ, ਇਹ ਅਵਸਥਾ ਬਣ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਭਾਈ ਜਿਹੜੇ ਸੱਚੀ ਭਗਤੀ ਵਿੱਚ ਦਿਨੇ ਰਾਤ ਲੱਗੇ ਹੋਏ ਗੁਰਮੁਖ, ਪਹਿਲੀ ਗੱਲ ਜੇ ਉਹ ਚਾਹੁਣ ਤਾਂ ਉਹਨਾਂ ਨੂੰ ਸਰੀਰ ਕਰਕੇ ਦੁੱਖ ਆਉਂਦਾ ਹੀ ਨਹੀਂ, ਪਰ ਜੇ ਉਹ ਰਜਾ ਵਿੱਚ ਰਹਿ ਕੇ ਦੁੱਖ ਲੈਣਾ ਵੀ ਚਾਹੁਣ ਤਾਂ ਦੁੱਖ ਵਿੱਚ ਰਹਿ ਕੇ ਉਹ ਦੁਖੀ ਨਹੀਂ ਹੁੰਦਾ, ਐਸੀ ਦਾਤ ਮਿਲਦੀ ਹੈ। ਭਗਤ ਭਗਤ ਕਹੇ ਸਭ ਕੋਈ, ਸਾਰੀ ਦੁਨੀਆ ਹੀ ਆਪਣੇ ਆਪ ਨੂੰ ਭਗਤ ਕਹਿੰਦੀ ਹੈ। ਕਿਸੇ ਬੰਦੇ ਨੂੰ ਪੁੱਛ ਲਓ, ਕਹਿਣ ਲੱਗਾ ਮੈਂ ਬੜਾ ਸੱਚਾ ਹਾਂ, ਮੈਂ ਬੜਾ ਸੁੱਚਾ ਹਾਂ, ਮੈਂ ਬੜਾ ਭਗਤ ਹਾਂ, ਮੈਂ ਬੜਾ ਸੰਤ ਹਾਂ, ਮੈਂ ਬੜਾ ਵੱਡਾ ਸਾਧੂ ਹਾਂ। ਸਾਰੀ ਦੁਨੀਆ ਆਪਣੇ ਆਪ ਨੂੰ ਭਗਤ, ਸੰਤ, ਸਾਧੂ, ਭਲਾ ਮਾਨਸ, ਇਹ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ। ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ, ਪਰ ਜਿੰਨਾ ਚਿਰ ਪੂਰੇ ਗੁਰੂ ਦੀ ਸੇਵਾ ਨਹੀਂ ਨਾ ਕਰਦਾ, ਗੁਰੂ ਕਿਹਾ ਪਿਆਰਿਆ, ਉਨ੍ਹਾਂ ਚਿਰ ਭਗਤੀ ਮਿਲਣੀ ਨਹੀਂ ਹੈ। ਇਹ ਭਗਤੀ ਦੀ ਦਾਤ ਇਹ ਗੁਰੂ ਚਰਨਾਂ ਵਿੱਚੋਂ ਮਿਲਦੀ ਹੈ। ਜਿੰਨਾ ਚਿਰ ਪੂਰੇ ਗੁਰੂ ਦੀ ਸੇਵਾ ਨਹੀਂ ਕਰਦਾ, ਉਨ੍ਹਾਂ ਚਿਰ ਇਹ ਭਗਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਪੂਰੇ ਭਾਗ ਮਿਲੇ ਪ੍ਰਭ ਸੋਈ, ਪੂਰਿਆਂ ਭਾਗਾਂ ਨਾਲ, ਵੱਡਿਆਂ ਭਾਗਾਂ ਨਾਲ ਭਗਤੀ ਮਿਲਦੀ ਹੈ। ਤਾਂ ਹੀ ਮਹਾਰਾਜ ਨੇ ਆਖਿਆ, ਇੱਕ ਦਖਨਾ ਹੋਂ ਤੋ ਪਹਿ ਮੰਗੋ। ਮਹਾਰਾਜ ਦਖਨਾ ਕਹੀਏ ਭਿਖਿਆ, ਮੈਂ ਤੇਰੇ ਕੋਲ ਇੱਕ ਭਿਖਿਆ ਮੰਗਦਾ ਭਿਖਾਰੀ ਬਣ ਕੇ, ਹਰਦੀਜਾ ਨਾਮ ਪਿਆਰੀ ਜੀ।
ਸੋ ਇਹ ਜੋ ਪਿਆਰੀ ਦਾਤ ਹੈ ਨਾ ਭਗਤੀ ਮਹਾਰਾਜ, ਤੁਸੀਂ ਦਿਓ, ਕਿਉਂਕਿ ਤੁਹਾਡੇ ਬਿਨਾਂ ਇਹ ਭਗਤੀ ਮਿਲਦੀ ਨਹੀਂ। ਜਿਹਦੇ ਪੂਰੇ ਭਾਗ ਨੇ ਉਹ ਭਗਤ ਬਣਦਾ ਹੈ। ਮਨਮੁਖ ਮੂਲ ਗਵਾਵੈ ਲਾਭ ਮੰਗੈ, ਜਿਹੜੇ ਮਨਮੁਖ ਲੋਕ ਨੇ ਉਹ ਮੂਲ ਗਵਾਵੈ। ਮੂਲ ਕੀ ਹੈ? ਸੋ ਜਿਹੜੇ ਪੁੰਨ ਕਰਮ ਨੇ, ਅਸੀਂ ਪੁੰਨ ਲੈ ਕੇ ਦੁਨੀਆਂ 'ਤੇ ਆਏ ਹਾਂ ਨਾ, ਇੱਥੇ ਆ ਕੇ ਪਾਪ ਕਰ ਕਰਕੇ ਆਪਣੇ ਪੁੰਨ ਗਵਾ ਲੈ, ਅਤੇ ਪਾਪ ਕਰਕੇ ਪੁੰਨ ਗਵਾ ਲੈ ਅਤੇ ਲਾਭ ਮੰਗ ਹੈ। ਹੁਣ ਵਿਸ਼ੇ ਵਿਕਾਰਾਂ ਦਾ ਲਾਭ ਮੰਗਦੇ ਫਿਰਦੇ, ਮੈਨੂੰ ਆਹ ਵੀ ਵਿਕਾਰ ਮਿਲੇ, ਮੈਨੂੰ ਆਹ ਵੀ ਵਿਕਾਰ ਮਿਲ ਜਾਵੇ। ਐਸੀ ਮਨਮੁੱਖਾਂ ਦੀ ਹਾਲਤ ਹੈ। ਮਨਮੁੱਖ ਜਿਹੜੇ ਨੇ ਉਹ ਪੁੰਨਾਂ ਨੂੰ ਗਵਾ ਕੇ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਲਾਭ ਮੰਗਦੇ ਪਏ। ਪੁੰਨ ਹੈ ਕੋਈ ਨਹੀਂ, ਜਿਹੜਾ ਕੋਈ ਪਿੱਛੇ ਪੁੰਨ ਕੀਤਾ ਉਹ ਸਾਰਾ ਇੱਥੇ ਖਰਾਬ ਕਰ ਲਿਆ ਮਾੜੇ ਕੰਮ ਕਰਕੇ। ਹੁਣ ਲਾਭ ਮੰਗ ਹੈ, ਹੁਣ ਪਰਮਾਤਮਾ ਦੀ ਪ੍ਰਾਪਤੀ ਦਾ ਲਾਭ ਮੰਗਦੇ ਪਏ। ਮਨਮੁੱਖਾਂ ਦੀ ਹਾਲਤ ਵੇਖੋ ਕਿਹੋ ਜਿਹੀ ਹੈ, ਕਿ ਚੰਗਾ ਕਰਮ ਕੀਤਾ ਕੋਈ ਨਹੀਂ, ਕਹਿੰਦੇ ਰੱਬ ਮਿਲ ਜਾਵੇ। ਮਿਲੇ ਕਿਵੇਂ? ਫਿਰ ਫਰਮਾਉਂਦੇ ਹਨ, ਮਨਮੁੱਖ ਮੂਲ ਗਵਾਵੈ ਲਾਭ ਮੰਗੈ। ਜਿਹੜੇ ਮਨਮੁੱਖ ਲੋਕ ਨੇ ਉਹ ਸਵਾਸਾਂ ਦਾ ਮੂਲ ਗਵਾਉਂਦੇ ਪਏ। ਜਿਹੜੇ ਸਾਨੂੰ ਸਾਹ ਮਿਲੇ ਨਾ ਪਰਮਾਤਮਾ ਵੱਲੋਂ, ਇਹ ਸਾਡਾ ਮੂਲ ਧਨ ਹੈ, ਸਾਨੂੰ ਉਸਨੇ ਸਾਹ ਦੇ ਕੇ ਭੇਜਿਆ। ਇੰਨੇ ਲੱਖਾਂ ਸਾਹ ਤੈਨੂੰ ਮਨੁੱਖਾ ਜਨਮ ਵਿੱਚ ਮੈਂ ਦੇਵਾਂਗਾ। ਅਸੀਂ ਉਹਨਾਂ ਸਵਾਸਾਂ ਨੂੰ ਇੱਥੇ ਲਿਆ ਕੇ ਧੰਦੇ ਵਿੱਚ ਲਾ ਲਿਆ, ਕੰਮਾਂ ਵਿੱਚ ਸਾਰੇ ਸਾਹ ਲਾ ਕੇ ਗਵਾ ਲਏ, ਅਤੇ ਪਾਤਸ਼ਾਹ ਕਹਿੰਦੇ ਲਾਭ ਮੰਗ ਹੈ। ਜਦੋਂ ਸਾਹ ਸਾਰੇ ਮੁੱਕ ਗਏ ਨਾ, ਹੁਣ ਕਹਿੰਦੇ ਵੀ ਨਾਮ ਜਪਣ ਦਾ ਲਾਹਾ ਲੈਣਾ ਸੀ, ਉਹ ਤਾਂ ਲਿਆ ਹੀ ਨਹੀਂ। ਗੁਰਮੁਖਾ, ਨਾਮ ਦਾ ਲਾਹਾ ਤਾਂ ਮਿਲਣਾ ਸੀ ਜੇ ਸ਼ੁਰੂ ਤੋਂ ਹੀ ਨਾਮ ਜਪਦਾ। ਸ਼ੁਰੂ ਤੋਂ ਨਹੀਂ ਬੰਦਗੀ ਕੀਤੀ ਹੈ, ਪਹਿਲਾਂ ਸੰਸਾਰ ਵਿੱਚ ਲੱਗਾ ਰਿਹਾ। ਜਦੋਂ ਪਤਾ ਲੱਗ ਗਿਆ ਨਾ ਵੀ ਹੁਣ ਤੁਰਨ ਫਿਰਨ ਜੋਗਾ ਨਹੀਂ ਰਹਿ ਗਿਆ, ਮੰਜੇ ਜੋਗਾ ਹੀ ਰਹਿ ਗਿਆ, ਬੁੱਢਾ ਹੋ ਗਿਆ, ਅਤੇ ਮੌਤ ਸਿਰ 'ਤੇ ਆ ਗਈ ਹੈ, ਹੁਣ ਆਖਦਾ ਵੀ ਛੇਤੀ ਕਰੋ, ਮੈਨੂੰ ਨਾਮ ਜਪਣ ਦੇ ਵਾਸਤੇ ਮੇਰਾ ਸਹਿਯੋਗ ਦਿਓ, ਮੈਂ ਨਾਮ ਜਪਾਂ। ਮਹਾਰਾਜ ਕਹਿੰਦੇ ਕਿਵੇਂ ਨਾਮ ਜਪੇਗਾ ਭਾਈ? ਸਵਾਸਾਂ ਨੂੰ ਤਾਂ ਗਵਾ ਲਿਆ ਹੈ, ਹੁਣ ਬੁੱਢਾ ਹੋ ਗਿਆ ਅਤੇ ਹੁਣ ਆਉਂਦਾ ਵੀ ਮੈਂ ਨਾਮ ਜਪਾਂ? ਉਹ ਨਹੀਂ ਨਾਮ ਜਪਿਆ ਜਾਣਾ, ਕਿਉਂਕਿ ਮੂਲ ਤੂੰ ਗਵਾ ਲਿਆ ਹੈ, ਸਵਾਹ ਸਾਰੇ ਤੂੰ ਗਵਾ ਲੈ। ਫਿਰ ਫਰਮਾਉਂਦੇ ਹਨ, ਮਨਮੁੱਖ ਮੂਲ ਗਵਾਵੈ ਲਾਭ ਮੰਗੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨਮੁੱਖ ਬੰਦਿਆਂ ਨੇ ਮੂਲ ਕੀ ਹੈ? ਨਾਮ, ਨਾਮ 'ਤੇ ਗਵਾ ਦਿੱਤਾ। ਦੁਨੀਆਂ 'ਤੇ ਆ ਕੇ ਨਾਮ 'ਤੇ ਜਪਿਆ ਹੀ ਨਹੀਂ, ਬੰਦਗੀ 'ਤੇ ਕੀਤੀ ਨਹੀਂ, ਸਿਮਰਨ ਨਹੀਂ ਕੀਤਾ ਹੈ। ਮੂਲ ਗਵਾਵੈ, ਆਤਮ ਵਸਤੂ ਨੂੰ ਗਵਾ ਲਿਆ ਹੈ। ਆਤਮ ਵਸਤੂ ਜਿਹੜੀ ਹੈ ਨਾ ਉਹ ਪ੍ਰਾਪਤ ਨਹੀਂ ਹੋਈ ਹੈ, ਅਤੇ ਪਾਤਸ਼ਾਹ ਕਹਿੰਦੇ ਆਤਮ ਵਸਤੂ ਰੂਪੀ ਇਹ ਲਾਭ ਨੂੰ ਮਨਮੁੱਖ ਲੋਕ ਜਿਹੜੇ ਨੇ ਉਹ ਮੰਗਦੇ ਪੈ ਵੀ ਇਸ ਦੀ ਪ੍ਰਾਪਤੀ ਹੋਵੇ। ਫਿਰ ਫਰਮਾਉਂਦੇ ਹਨ, ਮਨਮੁੱਖ ਮੂਲ ਗਵਾਵੈ ਲਾਭ ਮੰਗੈ। ਮਨਮੁੱਖ ਜਿਹੜੇ ਨੇ ਇਹ ਪੁੰਨਾਂ ਰੂਪੀ ਮੂਲ ਨੂੰ ਗਵਾ ਕੇ ਅਤੇ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਦਾਤ ਹੈ ਇਹ ਪ੍ਰਾਪਤੀ ਰੂਪੀ ਲਾਭ ਨੂੰ ਕਹਿੰਦੇ ਮੰਗਦੇ ਫਿਰਦੇ ਹਨ। ਲਾਹਾ ਲਾਭ ਕਿਦੋਂ ਹੋਈ? ਗੁਰਮੁਖਾ, ਕਿਵੇਂ ਲਾਭ ਮਿਲੇਗਾ? ਲਾਭਦਾਇਕ ਕਿਵੇਂ ਹੋਵੇਗਾ? ਸਵਾਸ ਗਵਾ ਲੈ, ਨਾਮ ਜਪਿਆ ਨਹੀਂ ਗਿਆ, ਪੁੰਨ ਗਵਾ ਲੈ, ਚੰਗਾ ਕੰਮ ਕੀਤਾ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਨਾਮ ਜਪਿਆ ਨਹੀਂ ਤਾਂ ਪ੍ਰਾਪਤੀ ਕਿਵੇਂ? ਸਾਰੇ ਆਪਣੇ ਲਾਹੇ ਨੂੰ ਗਵਾ ਕੇ ਅਤੇ ਹੁਣ ਪਾਤਸ਼ਾਹ ਕਹਿਣ ਲੱਗੇ ਲਾਹਾ ਕਿਦੋਂ ਹੋਈ? ਹੁਣ ਕਿਵੇਂ ਤੈਨੂੰ ਲਾਭ ਹੋਵੇਗਾ ਭਾਈ? ਕਦੇ ਵੀ ਨਹੀਂ ਹੋ ਸਕਦਾ ਹੈ। ਜਮਕਾਲ ਸਦਾ ਹੈ ਸਿਰ ਉੱਪਰ, ਇਹ ਜਿਹੜਾ ਜਮਕਾਲ ਮੌਤ ਹੈ ਨਾ ਇਹ ਤੇਰੇ ਸਿਰ ਦੇ ਉੱਪਰ ਹੈ। ਆਪਾਂ ਕਿਤੇ ਵੀ ਭੱਜ ਲਈਏ, ਕਿਤੇ ਵੀ ਦੌੜ ਲਈਏ, ਪਰ ਮੌਤ ਤੋਂ ਨਹੀਂ ਭੱਜਿਆ ਜਾਣਾ। ਪਾਤਸ਼ਾਹ ਕਹਿੰਦੇ ਜਮਕਾਲ ਜਿਹੜੀ ਮੌਤ ਹੈ, ਜਮਦੂਤ ਹੈ, ਉਹ ਤੇਰੇ ਸਿਰ 'ਤੇ ਖਲੋਤਾ ਹੋਇਆ,
ਉਹਦੇ ਕੋਲੋਂ ਭਜਿਆ ਨਹੀਂ ਜਾਂਦਾ। ਮਹਾਰਾਜ ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਜਮ ਕਾਲ ਸਦਾ ਹੈ ਸਿਰ ਉੱਪਰ, ਜਮ ਤੋਂ ਭਾਵ ਹੈ ਜਮ ਕੇ ਆਉਣਾ, ਕਾਲ ਤੋਂ ਭਾਵ ਹੈ ਮਰ ਕੇ ਜਾਣਾ। ਇਹ ਜਮ ਕੇ ਆਉਣਾ, ਇਹ ਮਰ ਕੇ ਜਾਣਾ, ਇਹ ਜਿਹੜਾ ਜਨਮਾਂ ਵਿੱਚ ਪੈਣਾ ਨਾ। ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਸਦਾ ਹੀ ਸਦਾ ਹੀ ਤੇਰੇ ਸਿਰ 'ਤੇ ਬਣਿਆ ਹੋਇਆ, ਨਾ ਜੰਮਣਾ ਮੁੱਕਦਾ ਪਿਆ, ਨਾ ਮਰਨਾ ਮੁੱਕਦਾ ਪਿਆ, ਇਹ ਜੰਮਣ ਅਤੇ ਮਰਨ ਸਦਾ ਹੀ ਤੇਰੇ ਉੱਪਰ ਬਣਿਆ ਹੋਇਆ ਹੈ। ਦੂਜੇ ਭਾਏ ਪੱਤ ਖੋਈ, ਦਵੈਤ ਵਿੱਚ ਲੱਗਣ ਕਰਕੇ ਪੱਤ ਕਹੀਏ ਇੱਜ਼ਤ ਗੁਆ ਲਈ ਹੈ, ਈਰਖਾ ਵਿੱਚ ਪੈ ਕੇ, ਮੋਹ ਵਿੱਚ ਪੈ ਕੇ, ਦਵੈਤ ਵਿੱਚ ਪੈ ਕੇ ਜਿਹੜੀ ਮਾੜੀ ਮੋਟੀ ਇੱਜ਼ਤ ਬਣੀ ਸੀ ਨਾ, ਆਪਣੀ ਇੱਜ਼ਤ ਨੂੰ ਵੀ ਗੁਆ ਲਿਆ ਹੈ। ਪਹਿਲੇ ਭੇਖ ਭਾਵੈ ਦਿਨ ਰਾਤੀ, ਪਹਿਲੇ ਤੋਂ ਭਾਵ ਹੈ ਗੁਰਮੁਖੋ ਬਹੁਤੇ ਬਹੁਤੇ ਭੇਖ ਕਰਦਾ, ਕਦੇ ਕੋਈ ਸਰੀਰ ਦਾ ਲਿਬਾਸ ਬਣਾ ਲਿਆ, ਕਦੇ ਕੋਈ ਬਣਾ ਲਿਆ, ਕਦੇ ਸੰਤ ਬਣ ਗਿਆ, ਕਦੇ ਭਗਤ ਬਣ ਗਿਆ, ਕਦੇ ਰਿਸ਼ੀ ਬਣ ਗਿਆ, ਕਦੇ ਮੁਨੀ ਬਣ ਗਿਆ, ਕਦੇ ਜੋਗੀ ਬਣ ਗਿਆ, ਕਦੇ ਸਾਧੂ ਬਣ ਗਿਆ। ਪਾਤਸ਼ਾਹ ਕਹਿਣ ਲੱਗੇ ਬਹਿਲੇ ਭੇਖ, ਬਹੁਤੇ ਭੇਖ ਧਾਰਨ ਕਰਦਾ, ਕੱਪੜਿਆਂ ਦੇ ਰੰਗ ਬਦਲ ਲੈਂਦਾ, ਹੁਣ ਭਗਵੇਂ ਪਾਵਾਂਗਾ, ਹੁਣ ਕਾਲੇ ਪਾਵਾਂਗਾ, ਹੁਣ ਨੀਲੇ ਪਾਵਾਂਗਾ, ਹੁਣ ਸੰਨਿਆਸੀ ਬਣਾਂਗਾ, ਹੁਣ ਜੋਗੀ ਬਣਾਂਗਾ। ਬਹਿਲੇ ਭੇਖ ਕਰੇ, ਬਹਿਲੇ ਕਹੀਏ ਬਹੁਤੇ ਬਹੁਤੇ ਭੇਖ ਕਰਦਾ ਹੈ, ਆਪਣੇ ਰੂਪ ਬਦਲਦਾ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਹਨ, ਪਹਿਲੇ ਭੇਖ ਭਵੈ ਦਿਨ ਰਾਤੀ, ਦਿਨੇ ਰਾਤੀ ਤੁਰਿਆ ਹੀ ਫਿਰਦਾ ਹੈ, ਦਿਨੇ ਹੋਰ ਕੱਪੜੇ ਪਾ ਲੈਂਦਾ, ਰਾਤ ਨੂੰ ਹੋਰ ਪਾ ਲੈਂਦਾ ਹੈ, ਦਿਨੇ ਸਾਧੂ ਬਣ ਕੇ ਵਿਖਾਉਂਦਾ, ਰਾਤ ਨੂੰ ਚੋਰ ਬਣ ਜਾਂਦਾ ਹੈ, ਦਿਨੇ ਰਾਤ ਇਸ ਤਰ੍ਹਾਂ ਲਿਬਾਸਾਂ ਨੂੰ ਬਦਲ ਬਦਲ ਕੇ ਤੁਰਦਾ ਹੈ। ਹਉਮੈ ਰੋਗ ਨਾ ਜਾਈ, ਇਹ ਜਿਹੜਾ ਹਉਮੈ ਦਾ ਰੋਗ ਹੈ ਨਾ, ਹੰਕਾਰ ਦਾ, ਇਹ ਜਾਣਾ ਨਹੀਂ ਪਾਏ, ਇਸੇ ਤਰ੍ਹਾਂ ਹੀ ਤੇਰੇ ਉੱਪਰ ਬਣਿਆ ਹੋਇਆ ਹੈ। ਪੜ ਪੜ ਲੂਜੈ ਬਾਦ ਵਖਾਣਾ, ਦੁਨੀਆਂ ਦੇ ਲੋਕ ਗ੍ਰੰਥਾਂ ਨੂੰ ਪੜ ਪੜ ਕੇ ਅਤੇ ਫਿਰ ਲੂਜੇ ਕਹੀਏ ਇੱਕ ਦੂਜੇ ਦੇ ਨਾਲ ਝਗੜਾ ਕਰਦੇ, ਫਲਾਣੇ ਗ੍ਰੰਥ ਵਿੱਚ ਇਹ ਲਿਖਿਆ, ਦੂਜਾ ਆਉਂਦਾ ਫਲਾਣੇ ਵਿੱਚ ਇਹ ਲਿਖਿਆ। ਗੁਰਮੁਖੋ ਛੇ ਸ਼ਾਸਤਰ ਨੇ ਨਾ, ਛੇ ਸ਼ਾਸਤਰਾਂ ਦੀ ਵਿਚਾਰ ਆਪਸ ਵਿੱਚ ਨਹੀਂ ਮਿਲਦੀ ਹੈ, ਇੱਕ ਸ਼ਾਸਤਰ ਕੁਝ ਕਹਿੰਦਾ, ਇੱਕ ਸ਼ਾਸਤਰ ਕੁਝ ਕਹਿੰਦਾ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਗ੍ਰੰਥ ਪੜ੍ਹ ਲੈਂਦੇ, ਫਿਰ ਆਪਸ ਵਿੱਚ ਲੂਜੈ, ਫਿਰ ਝਗੜਾ ਕਰਦੇ ਇੱਕ ਦੂਜੇ ਦੇ ਨਾਲ, ਇਸ ਤਰ੍ਹਾਂ ਦੀ ਹਾਲਤ ਬਣੀ ਹੈ। ਮਿਲ ਮਾਇਆ ਸੁਰਤ ਗਵਾਈ, ਬਾਦ ਵਿਖਾਣੇ, ਫਿਰ ਝਗੜਿਆਂ ਨੂੰ ਕਸਣ ਕਰਦੇ, ਫਲਾਣੀ ਥਾਂ 'ਤੇ ਪੰਜਾਂ ਬੰਦਿਆਂ ਦਾ ਝਗੜਾ ਹੋਇਆ, ਉਹਦੇ ਵਿੱਚੋਂ ਫਲਾਣੀ ਧਿਰ ਜਿੱਤੀ ਹੈ, ਫਲਾਣਾ ਪੰਡਿਤ ਜਿੱਤ ਗਿਆ ਹੈ, ਫਲਾਣਾ ਵਿਦਵਾਨ ਜਿੱਤ ਗਿਆ ਹੈ, ਇਸ ਤਰ੍ਹਾਂ ਇੱਕ ਦੂਜੇ ਦੀ ਫਿਰ ਜਿੱਤ ਦੇ ਕਸੀਦੇ ਉਸ ਵੇਲੇ ਪੜ੍ਹਦੇ ਹਨ। ਮਿਲ ਮਾਇਆ ਸੁਰਤ ਗਵਾਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਇਹਨਾਂ ਨੇ ਪ੍ਰੀਤੀ ਗੁਆ ਹੀ ਲਈ ਹੈ, ਰੱਬ ਦੇ ਨਾਲ ਜਿਹੜਾ ਪ੍ਰੇਮ ਪਾਉਣਾ ਸੀ ਉਹ ਗੁਆ ਹੀ ਲਿਆ, ਕਿਉਂਕਿ ਸੰਸਾਰ ਦੇ ਪਦਾਰਥਾਂ ਵਿੱਚ ਜੂ ਲੱਗੇ ਹੋਏ। ਫਿਰ ਫਰਮਾਉਂਦੇ ਹਨ, ਮਿਲ ਮਾਇਆ ਸੁਰਤ ਗਵਾਈ, ਸਾਰੀ ਪੰਕਤੀ ਪੜ੍ਹੋ, ਪੜ ਪੜ ਲੂਜੈ ਬਾਦ ਵਖਾਣਾ। ਪਾਤਸ਼ਾਹ ਕਹਿਣ ਲੱਗੇ ਬਾਦ ਵਿਵਾਦ ਵਿੱਚ ਪਏ ਹੋਏ, ਝਗੜਿਆਂ ਵਿੱਚ ਪਏ ਹੋਏ, ਲੋਕਾਂ ਦੇ ਫੈਸਲਿਆਂ ਵਿੱਚ ਪਏ ਹੋਏ, ਅਤੇ ਪਾਤਸ਼ਾਹ ਬਾਦ ਵਿਵਾਦ ਕਸਣ ਕਰਦੇ ਰਹਿੰਦੇ ਹਰ ਵੇਲੇ, ਮਾਇਆ ਵਿੱਚ ਲੱਗ ਕੇ ਪਰਮੇਸ਼ਰ ਦੀ ਜਿਹੜੀ ਸੁਰਤ ਗਿਆਤ ਪ੍ਰਾਪਤ ਹੋਣੀ ਸੀ ਨਾ, ਰੱਬ ਕਿਵੇਂ ਮਿਲਣਾ ਹੈ, ਪਰਮੇਸ਼ਰ ਕਿਵੇਂ ਮਿਲਣਾ ਹੈ, ਇਹ ਸੋਝੀ ਇਸ ਨੇ ਗਵਾਲੀ ਹੈ। ਮਿਲ ਮਾਇਆ ਸੁਰਤ ਗਵਾਈ, ਮਾਇਆ ਕਹੀਏ ਮਾਇਆ ਵਿੱਚ ਸੁਰਤੀ ਲਾ ਕੇ, ਮਾਇਆ ਵਿੱਚ ਹੀ ਧਿਆਨ ਲੱਗਾ ਰਿਹਾ, ਇਸ ਨੇ ਆਪਣੀ ਇੱਜ਼ਤ ਨੂੰ ਗਵਾ ਲਿਆ ਹੈ। ਸਤਿਗੁਰ ਸੇਵਾ ਪਰਮ ਗਤ ਪਾਵੈ, ਜਿਹੜੇ ਭਾਈ ਪੂਰੇ ਗੁਰੂ ਦੀ ਸੇਵਾ ਕਰਦੇ, ਪੂਰਾ ਗੁਰੂ ਮਿਲਣਾ ਬੜਾ ਔਖਾ ਹੈ, ਕਲਯੁੱਗ ਦਾ ਬੜਾ ਭਿਅੰਕਰ ਸਮਾਂ ਹੈ,
ਪਾਤਸ਼ਾਹ ਕਹਿਣ ਲੱਗੇ ਜਿਹੜੇ ਪੂਰੇ ਗੁਰੂ ਨਾਲ ਮਿਲਦੇ ਉਹ ਫਿਰ ਪੂਰੇ ਗੁਰੂ ਦੀ ਸੇਵਾ ਕਰਦੇ ਹਨ। ਸਤਿਗੁਰ ਸੇਵੇ ਪਰਮ ਗਤ ਪਾਵਾ, ਪਰਮ ਗਤ ਕੇਵਲ ਮੋਕਸ਼ ਨੂੰ ਪ੍ਰਾਪਤ ਕਰਦੇ, ਮੁਕਤੀ ਦੀ ਦਾਤ ਪ੍ਰਾਪਤ ਕਰਦੇ ਹਨ। ਨਾਮ ਮਿਲਾਏ ਵਡਿਆਈ, ਕਿਉਂਕਿ ਨਾਮ ਦੀ ਵਡਿਆਈ ਇਹੋ ਜੀ, ਜਿਹੜਾ ਨਾਮ ਜਪਦਾ ਉਹ ਮੁਕਤ ਹੋ ਜਾਂਦਾ ਹੈ। ਨਾਨਕ ਨਾਮ ਜਿੰਨਾ ਮਨ ਵਸਿਆ, ਜਿਨ੍ਹਾਂ ਦੇ ਮਨ ਵਿੱਚ ਇਹ ਨਾਮ ਵਸ ਗਿਆ ਹੈ। ਗੁਰਮੁਖੋ ਮਨ ਵਿੱਚ ਵਸਣਾ ਇਹ ਬਾਹਰ ਦੀ ਕਿਰਿਆ, ਪਹਿਲਾਂ ਤਾਂ ਜ਼ੁਬਾਨ ਨਾਲ ਜਪਣ ਦੀ ਕਿਰਿਆ ਹੈ। ਪਹਿਲਾਂ ਜ਼ੁਬਾਨ ਦੇਣ ਜਪੇਗਾ, ਜਪਦਿਆਂ ਜਪਦਿਆਂ ਅਵਸਥਾ ਬਣੇਗੀ, ਫਿਰ ਜਾ ਕੇ ਮਨ ਵਿੱਚ ਵਸੇਗਾ, ਫਿਰ ਮਨ ਟਿਕੇਗਾ ਉਸ ਵੇਲੇ ਜਾ ਕੇ। ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਜਿਨ੍ਹਾਂ ਦੀ ਅਵਸਥਾ ਬਣ ਗਈ ਹੈ, ਉਹਨਾਂ ਦੇ ਹਿਰਦੇ ਵਿੱਚ ਫਿਰ ਨਾਮ ਵਸ ਜਾਂਦਾ ਹੈ। ਦਰ ਸੱਚੈ ਪਤ ਪਾਈ, ਉਹ ਪਰਮਾਤਮਾ ਦੇ ਦਰ 'ਤੇ ਫਿਰ ਜਾ ਕੇ ਪਤ ਕਹੀਏ ਇੱਜ਼ਤ ਪ੍ਰਾਪਤ ਕਰਦੇ ਹਨ। ਪੈਰੋਂ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰਾ। ਮਨਮੁਖ ਜਿਹੜੇ ਲੋਕ ਨੇ ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਕਦੇ ਆਸਾ ਖਤਮ ਨਹੀਂ ਹੁੰਦੀ ਹੈ। ਇੱਕ ਵਸਤੂ ਮਿਲ ਗਈ ਹੈ ਨਾ, ਦੂਜੀ ਦੀ ਡਿਮਾਂਡ ਉਸੇ ਵੇਲੇ ਹੀ ਹੈ ਵੀ ਹੁਣ ਆਹ ਵੀ ਮਿਲੇ, ਦੂਜੀ ਮਿਲ ਗਈ ਹੈ, ਤੀਜੀ ਦਾ ਵੀ ਨਾਲ ਹੀ ਫੁਰਨਾ ਆ ਗਿਆ ਵੀ ਹੁਣ ਆਹ ਵੀ ਮਿਲ ਜਾਵੇ। ਮਨਮੁਖ ਬੰਦੇ ਦੀ ਕਦੇ ਜਿਹੜੀ ਆਸਾ ਹੈ ਨਾ, ਪਦਾਰਥਾਂ ਦੀ ਇੱਛਾ, ਉਹ ਕਦੇ ਮੁੱਕਦੀ ਨਹੀਂ ਹੈ। ਉਹ ਦਵੈਤ ਵਿੱਚ ਲੱਗੇ ਹੋਏ, ਰੱਬ ਦੇ ਵੱਲੋਂ ਖੁਆਏ ਭੁੱਲੇ ਨੇ, ਇਹੋ ਜਿਹਾ ਮੂੰਹ ਪੈ ਗਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਇਹੋ ਜਿਹਾ ਹੁਕਮ ਵਰਤਾ ਦਿੱਤਾ, ਦੁਨੀਆਂ 'ਤੇ ਆ ਕੇ ਇਹੋ ਜਿਹਾ ਝਮੇਲੇ ਵਿੱਚ ਪੈ ਗਏ। ਰੱਬ ਤੋਂ ਭੁੱਲੇ ਹੋਏ ਮਨਮੁਖ ਫਿਰ ਕਦੇ ਰੱਜਦੇ ਨਹੀਂ ਹਨ। ਉਧਰ ਨਾ ਸਾਣ ਨਾ ਭਰੀਏ ਕਬੋ, ਮਹਾਰਾਜ ਕਹਿਣ ਲੱਗੇ ਉਹਨਾਂ ਦਾ ਉਧਰ ਜਿਹੜਾ ਪੇਟ ਹੈ ਨਾ, ਢਿੱਡ ਮਨਮੁਖਾਂ ਦਾ, ਉਹ ਨਿਸਾਨ ਨਾਮ ਟੋਏ ਦਾ ਹੈ। ਮਨਮੁਖਾਂ ਦਾ ਢਿੱਡ ਇੱਕ ਇਹੋ ਜਿਹਾ ਟੋਇਆ ਹੈ, ਉਹਦੇ ਵਿੱਚ ਜੋ ਮਰਜ਼ੀ ਪਾਈ ਜਾਓ ਭਰਦਾ ਹੀ ਨਹੀਂ ਹੈ। ਮਨਮੁਖ ਇਹੋ ਜਿਹੀ ਤ੍ਰਿਸ਼ਨਾ ਵਿੱਚ ਲੱਗਾ ਹੈ, ਜਿੰਨੇ ਮਰਜ਼ੀ ਪਦਾਰਥ ਕੋਲ ਆ ਜਾਣ ਰੱਜਦਾ ਹੀ ਨਹੀਂ ਪਿਆ। ਸ਼ਾਹ ਸਿਕੰਦਰ ਨੇ ਇੱਕ ਵਾਰੀ ਆਪਣਾ ਤੀਰ ਖਿੱਚਿਆ ਨਾ ਸਮੁੰਦਰ ਦੇ ਕਿਨਾਰੇ ਜਾ ਕੇ, ਅਤੇ ਸਮੁੰਦਰ ਦਾ ਰਾਜਾ ਪ੍ਰਗਟ ਹੋਇਆ, ਕਹਿਣ ਲੱਗਾ ਵੀ ਰਾਜਨ ਮੇਰੇ ਨਾਲ ਕਾਹਦਾ ਝਗੜਾ ਹੈ। ਅਤੇ ਰਾਜੇ ਨੇ ਆਖਿਆ ਵੀ ਤੂੰ ਮੇਰੀ ਹੱਦ ਦੇ ਵਿੱਚ ਹੈ, ਤੇਰੇ ਉੱਪਰ ਮੇਰਾ ਰਾਜ ਹੈ, ਅਤੇ ਜਿੰਨੇ ਰਾਜੇ ਮੇਰੇ ਅਧੀਨ ਨੇ ਮੈਨੂੰ ਸਾਰੀ ਲਿਆ ਕੇ ਭੇਟਾਵਾਂ ਦਿੰਦੇ, ਤੂੰ ਮੈਨੂੰ ਕਦੇ ਕੋਈ ਭੇਟਾ ਹੀ ਨਹੀਂ ਦਿੱਤੀ ਹੈ, ਅਤੇ ਮੈਂ ਤੈਨੂੰ ਇਸ ਵੇਲੇ ਜੰਗ ਕਰਾਂਗਾ। ਅਤੇ ਉਹ ਸਮੁੰਦਰ ਕਹਿਣ ਲੱਗਾ ਵੀ ਜੰਗ ਕਾਹਦਾ ਕਰਨਾ, ਤੈਨੂੰ ਚਾਹੀਦਾ ਤਾਂ ਲਿਆ ਮੈਂ ਦੇ ਦਿੰਦਾ। ਉਹਨੇ ਇੱਕ ਪਾਣੀ ਦੀ ਛੱਲ ਮਾਰੀ ਅਤੇ ਹੀਰੇ ਮੋਤੀ ਕਿਨਾਰੇ 'ਤੇ ਲਿਆ ਕੇ ਉਹਨੇ ਖਿਲਾਰ ਦਿੱਤਾ। ਰਾਜੇ ਨੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ, ਪਾਲੋ ਭਾਂਡਿਆਂ ਵਿੱਚ, ਖਜ਼ਾਨਾ ਭਰੋ ਭਾਂਡਿਆਂ ਵਿੱਚ, ਪਾਈ ਗਏ ਹੀਰੇ ਮੋਤੀ ਮੁੱਕਣ ਦਾ ਹੀ ਨਾਂ ਨਾ ਲੈਣ, ਭਾਂਡੇ ਭਰ ਗਏ। ਦੂਜੀ ਵਾਰੀ ਫਿਰ ਤੀਰ ਖਿੱਚਿਆ ਸਮੁੰਦਰ ਦੇ ਵੱਲ, ਉਹ ਫਿਰ ਪ੍ਰਗਟ ਹੋ ਗਿਆ, ਕਹਿਣ ਲੱਗਾ ਹੁਣ ਕੀ ਹੋਇਆ, ਤੂੰ ਹੀਰੇ ਮੰਗੇ ਮੈਂ ਦੇ ਦਿੱਤੇ, ਹੁਣ ਕਾਹਦਾ ਗੁੱਸਾ। ਸਾਹ ਸਿਕੰਦਰ ਕਹਿਣ ਲੱਗਾ ਹੁਣ ਭਾਂਡਾ ਦੇ ਜਿਹਦੇ ਵਿੱਚ ਪਾਉਣੇ ਨੇ, ਮੇਰੇ 'ਤੇ ਭਾਂਡੇ ਭਰ ਗਏ, ਬਰਤਨ ਭਰ ਗਿਆ ਸਾਰੇ। ਉਸ ਵੇਲੇ ਸਮੁੰਦਰ ਨੇ ਇੱਕ ਛੋਟੀ ਜਿਹੀ ਟੋਕਰੀ ਦਿੱਤੀ, ਕਹਿਣ ਲੱਗਾ ਲੈ ਇਹਦੇ ਵਿੱਚ ਪਾਲਾ। ਟੋਕਰੀ ਵੇਖ ਕੇ ਬਾਦਸ਼ਾਹ ਨੂੰ ਗੁੱਸਾ ਆਇਆ ਵੀ ਇਹਨੇ ਮੈਨੂੰ ਮਖੌਲ ਕੀਤਾ, ਕਹਿਣ ਲੱਗਾ ਇੰਨੇ ਹੀਰੇ ਨਿੱਕੀ ਜਿਹੀ ਟੋਕਰੀ ਮਖੌਲ ਕਰਦਾ, ਕਹਿੰਦਾ ਮਖੌਲ ਨਹੀਂ ਕਰਦਾ, ਇਹਦੇ ਵਿੱਚ ਪਾ ਤਾਂ ਸਹੀ। ਜਦੋਂ ਪਾਏ ਉਹ ਟੋਕਰੀ ਭਰਨ ਦਾ ਨਾਂ ਹੀ ਨਾ ਲਵੇ, ਸਾਰੇ ਹੀ ਪੈ ਗਿਆ ਉਹਦੇ, ਬੜਾ ਹੈਰਾਨ ਹੋ ਕੇ ਪੁੱਛਿਆ ਇਹ ਕੀ ਹੈ। ਅਤੇ ਸਮੁੰਦਰ ਦੱਸਦਾ ਪਿਆ, ਕਹਿਣ ਲੱਗਾ ਬਾਦਸ਼ਾਹ
ਇਹ ਤ੍ਰਿਸ਼ਨਾ ਦੀ ਟੋਕਰੀ ਹੈ, ਇਹ ਕਦੇ ਵੀ ਭਰਨੀ ਨਹੀਂ ਹੈ। ਜਿਹੜੇ ਬੰਦੇ ਨੂੰ ਤ੍ਰਿਸ਼ਨਾ ਲੱਗ ਗਈ ਹੈ, ਇਹ ਤ੍ਰਿਸ਼ਨਾ ਇੱਕ ਇਹੋ ਜਿਹਾ ਟੋਇਆ, ਤੁਸੀਂ ਸਾਰੀ ਦੁਨੀਆ ਦੇ ਪਦਾਰਥ ਲਿਆ ਕੇ ਉਹਦੇ ਵਿੱਚ ਪਾ ਦਿਓ। ਚਾਰ ਪਦਾਰਥ ਜੇ ਕੋ ਮੰਗ ਹੈ, ਚਾਰੇ ਪਦਾਰਥ ਦੁਨੀਆ ਦੇ ਲਿਆ ਕੇ ਪਾ ਦਿਓ, ਇਹ ਤ੍ਰਿਸ਼ਨਾ ਰੂਪੀ ਟੋਇਆ ਕਦੇ ਭਰਦਾ ਹੀ ਨਹੀਂ ਬੰਦੇ ਦਾ। ਕਦੇ ਕੋਈ ਬੰਦਾ ਦੁਨੀਆ 'ਤੇ ਰੱਜਿਆ ਵੇਖਿਆ? ਛੋਟੇ ਨੂੰ ਵੱਡਾ ਬਣਦੀ, ਵੱਡੇ ਨੂੰ ਹੋਰ ਵੱਡਾ ਬਣਦੀ, ਇਹ ਤ੍ਰਿਸ਼ਨਾ ਲੱਗੀ ਹੋਈ ਹੈ। ਭਾਵੇਂ ਉਹ ਰਾਜੇ ਬਣ ਜਾਣ, ਮਹਾਰਾਜੇ ਬਣ ਜਾਣ, ਬੜੇ ਬੜੇ ਦੁਨੀਆ ਨੂੰ ਜੇਤੂ ਬਣ ਜਾਣ, ਕਾਲੂ ਬਾਦਸ਼ਾਹ ਵਰਗੇ ਹੋ ਜਾਣ ਭਾਵੇਂ, ਪਰ ਬਾਦਸ਼ਾਹ ਕਹਿਣ ਲੱਗੇ ਉਹਨਾਂ ਦਾ ਢਿੱਡ ਨਹੀਂ ਕਦੇ ਭਰਦਾ, ਇਹੋ ਜਿਹੀ ਤ੍ਰਿਸ਼ਨਾ ਹੈ। ਉਧਰ ਨਿਸ਼ਾਨ ਨਾ ਭਰੀਏ ਕਬ ਹੂੰ, ਇਹ ਉਧਰ ਕਹੀਏ ਪੇਟ, ਇਹ ਪੇਟ ਰੂਪੀ ਜਿਹੜਾ ਟੋਇਆ ਹੈ, ਇਹ ਮਨਮੁੱਖਾਂ ਦਾ ਕਦੇ ਨਹੀਂ ਭਰਦਾ, ਢਿੱਡ ਨਹੀਂ ਕਦੇ ਰੱਜਦਾ। ਹਰ ਵੇਲੇ ਖਾਈ ਜਾਣਗੇ, ਹਰ ਵੇਲੇ ਜੋੜੀ ਜਾਣਗੇ, ਨਾ ਖਾ ਖਾ ਕੇ ਢਿੱਡ ਰੱਜਿਆ, ਨਾ ਜੋੜ ਜੋੜ ਕੇ ਮਨ ਰੱਜਿਆ ਹੈ। ਇਸੇ ਪੰਕਤੀ ਨੂੰ ਮਹਾਰਾਜ ਫਿਰ ਫਰਮਾਉਂਦੇ ਹਨ, ਉਧਰ ਨਿਸ਼ਾਨ ਨਾ ਭਰੀਏ ਕਬ ਹੂੰ। ਮਨਮੁੱਖਾਂ ਦਾ ਢਿੱਡ ਜਿਹੜਾ ਹੈ, ਉਹ ਨਿਸ਼ਾਨ ਕਹੀਏ ਨਦੀ ਵਰਗਾ ਹੈ। ਦੂਜੀ ਉਦਾਹਰਨ, ਨਦੀ ਵਿੱਚ ਪਾਣੀ ਆਉਂਦਾ ਹੈ, ਪਾਣੀ ਤੁਰਿਆ ਜਾਂਦਾ, ਪਾਣੀ ਆਉਂਦਾ ਹੈ, ਪਾਣੀ ਤੁਰਿਆ ਜਾਂਦਾ। ਆਪਣੇ ਜੀਵਨ ਕਾਲ ਦੇ ਵਿੱਚ ਪਤਾ ਨਹੀਂ ਨਦੀ ਕਿੰਨਾ ਕੁ ਪਾਣੀ ਲੈ ਆਉਂਦੀ ਹੈ ਅਤੇ ਕਿੰਨਾ ਕੁ ਪਾਣੀ ਅੱਗੇ ਭੇਜ ਦਿੰਦੀ ਹੈ, ਗਿਣਤੀ ਮਿਣਤੀ ਕੋਈ ਨਹੀਂ। ਗੰਗਾ ਦੇ ਕਿਨਾਰੇ ਖੜ੍ਹ ਜਾਵੋ, ਗੋਦਾਵਰੀ ਦੇ ਕਿਨਾਰੇ ਖੜ੍ਹ ਜਾਵੋ, ਜਮੁਨਾ ਸਤਲੁਜ ਦੇ ਦਰਿਆਵਾਂ ਦੇ ਕਿਨਾਰੇ ਬਿਆਸ ਵਰਗਿਆਂ ਦੇ ਖੜ੍ਹ ਜਾਓ, ਤੁਸੀਂ ਪਾਣੀ ਦੀ ਮਿਣਤੀ ਥੋੜ੍ਹੀ ਕਰ ਸਕਦੇ ਹੋ ਵੀ ਕਿੰਨਾ ਪਾਣੀ ਹੁਣ ਤੱਕ ਆ ਚੁੱਕਿਆ ਅਤੇ ਕਿੰਨਾ ਪਾਣੀ ਅੱਗੇ ਅਜੇ ਆਉਣਾ। ਦਰਿਆਵਾਂ ਦੇ ਪਾਣੀ ਨੂੰ ਕਦੇ ਮਾਪਿਆ ਨਹੀਂ ਜਾਂਦਾ। ਪਾਤਸ਼ਾਹ ਕਹਿਣ ਲੱਗੇ ਜਿਵੇਂ ਨਦੀ ਦਾ ਪਾਣੀ ਹੈ ਨਾ, ਤੁਰਿਆ ਆਉਂਦਾ ਤੁਰਿਆ ਜਾਂਦਾ, ਮਨਮੁੱਖਾਂ ਦਾ ਪੇਟ ਨਦੀ ਦੇ ਪਾਣੀ ਵਰਗਾ ਹੀ ਹੈ। ਪਦਾਰਥ ਆਈ ਜਾਂਦੇ, ਪਦਾਰਥ ਤੁਰੇ ਜਾਂਦੇ, ਆਈ ਜਾਂਦੇ ਤੁਰੇ ਜਾਂਦੇ, ਪਰ ਕਦੇ ਵੀ ਰੱਜਦੇ ਨਹੀਂ, ਕਦੇ ਵੀ ਰੱਜ ਨਹੀਂ ਆਉਂਦਾ। ਐਸੀ ਹਾਲਤ ਬਣੀ ਹੈ ਨਦੀ ਦੇ, ਨਦੀ ਵਰਗਾ ਉਹਨਾਂ ਦਾ ਪੇਟ ਹੈ ਜਿਹੜਾ ਕਦੇ ਵੀ ਰੱਜਦਾ ਨਹੀਂ, ਹਰ ਵੇਲੇ ਪਦਾਰਥ, ਹਰ ਵੇਲੇ ਪਦਾਰਥਾਂ ਦੀ ਮੰਗ ਕਰਦਾ ਹੈ। ਦੁਬਾਰਾ ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਉਧਰ ਨਿਸ਼ਾਨ ਨਾ ਭਰੀਏ ਕਬ ਹੂੰ। ਮਹਾਰਾਜ ਕਹਿਣ ਲੱਗੇ ਮਨਮੁੱਖਾਂ ਦਾ ਪੇਟ ਜਿਹੜਾ ਆਕਾਸ਼ ਵਰਗਾ ਹੈ। ਤੀਜੀ ਉਦਾਹਰਨ, ਕੋਈ ਬੰਦਾ ਆਖੇ ਨਾ ਮੈਂ ਤੂੜੀ ਦਾ ਢੇਰ ਲਾ ਲਾ ਕੇ, ਲਾ ਲਾ ਕੇ ਮੈਂ ਤੂੜੀ ਨੂੰ ਉਹ ਅਸਮਾਨ ਤੱਕ ਲੈ ਜਾਵਾਂਗਾ। ਸਾਰੀ ਦੁਨੀਆ ਦੀ ਤੂੜੀ ਇਕੱਠੀ ਕਰ ਲਓ ਅਤੇ ਜਿੰਨਾ ਮਰਜ਼ੀ ਯਤਨ ਕਰ ਲਓ, ਤੂੜੀ ਦਾ ਢੇਰ ਕਦੇ ਆਕਾਸ਼ ਤੱਕ ਨਹੀਂ ਜਾਂਦਾ। ਆਕਾਸ਼ ਰੱਜਦਾ ਥੋੜ੍ਹੀ ਹੈ, ਆਕਾਸ਼ ਦੇ ਥੱਲੇ ਸਾਰੀ ਬਣਤਰ ਬਣੀ ਹੈ, ਇਹ ਸਾਰੇ ਪਦਾਰਥ ਪਏ ਹੋਏ, ਆਕਾਸ਼ ਨਹੀਂ ਕਦੇ ਰੱਜਿਆ। ਪਾਤਸ਼ਾਹ ਕਹਿੰਦੇ ਮਨਮੁੱਖ ਦਾ ਮਨ ਵੀ ਕਦੇ ਨਹੀਂ ਰੱਜਿਆ। ਇਹ ਤਿੰਨ ਉਦਾਹਰਨਾਂ ਦਿੱਤੀਆਂ, ਜਿਵੇਂ ਟੋਇਆ ਨਹੀਂ ਭਰ ਸਕਦਾ, ਮਨਮੁੱਖ ਦਾ ਮਨ ਨਹੀਂ ਕਦੇ ਭਰਿਆ। ਜਿਵੇਂ ਨਦੀ ਕਦੇ ਪਾਣੀ ਨਾਲ ਨਹੀਂ ਰੱਜਦੀ ਹੈ, ਪਾਣੀ ਆਈ ਜਾਂਦਾ ਤੁਰਿਆ ਜਾਂਦਾ, ਮਨਮੁੱਖ ਦੀ ਤ੍ਰਿਸ਼ਨਾ ਨਹੀਂ ਕਦੇ ਰੱਜਦੀ ਹੈ, ਜਿੰਨੇ ਮਰਜ਼ੀ ਪਦਾਰਥ ਆਈ ਜਾਣ। ਜਿਵੇਂ ਆਕਾਸ਼ ਦੇ ਥੱਲੇ ਸਾਰੀਆਂ ਹੀ ਵਸਤੂਆਂ ਆ ਜਾਂਦੀਆਂ, ਪਰ ਆਕਾਸ਼ ਫਿਰਨ ਵੀ ਨਹੀਂ ਰੱਜਦਾ ਹੈ। ਮਨਮੁੱਖ ਬੰਦੇ ਦੇ ਕੋਲ ਭਾਵੇਂ ਸਾਰੇ ਪਦਾਰਥ ਆ ਜਾਣ, ਰੱਜ ਨਹੀਂ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਹੀਆ, ਆਕਾਸ਼ ਦੇ ਵਾਂਗ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਵੇ, ਸਾਰੀ ਦੁਨੀਆ ਦੇ ਪਦਾਰਥ ਭਾਵੇਂ ਕੋਲ ਆ ਜਾਣ, ਪਰ ਫਿਰ ਵੀ ਇਹ ਦੁਹੀ ਦਾ ਦੁਹੀ ਰਹਿੰਦਾ ਹੈ, ਕਦੇ ਰੱਜ ਨਹੀਂ ਆਉਂਦਾ ਹੈ। ਉਧਰ ਨਿਸ਼ਾਨ ਨਾ ਭਰੀਏ ਕਬ ਹੂੰ,
ਇਸ ਤਰ੍ਹਾਂ ਭਾਈ ਕਹਿੰਦੇ ਉਹ ਕਦੇ ਵੀ ਭਰਦੇ ਨਹੀਂ, ਫਿਰ ਫਰਮਾਉਂਦੇ ਹਨ ਖੁਦ ਨਿਸ਼ਾਨ ਨਾ ਭਰੀਏ ਕਬੋ। ਇੱਥੇ ਨਿਸ਼ਾਨ ਦਾ ਚੌਥਾ ਅਰਥ ਵਿਦਵਾਨਾਂ ਨੇ ਕੀਤਾ ਪ੍ਰਗਟ ਹੋ ਜਾਣਾ, ਪ੍ਰਗਟ ਸਾਰਿਆਂ ਦੇ ਸਾਹਮਣੇ, ਸਾਰੇ ਲੋਕ ਜਾਣਦੇ ਵੀ ਆਹ ਬੰਦਾ ਨਹੀਂ ਰੱਜਦਾ, ਪਿੰਡ ਵਿੱਚ ਮਸ਼ਹੂਰ ਹੋ ਜਾਂਦਾ, ਸ਼ਹਿਰ ਇਲਾਕੇ ਵਿੱਚ ਮਸ਼ਹੂਰ ਹੋ ਜਾਂਦਾ ਹੈ ਵੀ ਆਹ ਬੰਦਾ ਤਾਂ ਏਡਾ ਭੁੱਖਾ ਹੈ, ਜੋ ਮਰਜ਼ੀ ਮਿਲ ਜਾਵੇ ਕਦੇ ਰੱਜਦਾ ਹੀ ਨਹੀਂ। ਇਹ ਗੱਲ ਪ੍ਰਗਟ ਹੋ ਜਾਂਦੀ, ਸਾਰੀ ਦੁਨੀਆ ਕਹਿਣ ਲੱਗ ਪੈਂਦੀ ਹੈ ਵੀ ਇਹ ਹੈ ਸਭ ਤੋਂ ਵੱਡੀ ਭੁੱਖ ਦੁਨੀਆ ਦੀ। ਮਹਾਰਾਜ ਕਹਿੰਦੇ ਐਸੀ ਹਾਲਤ ਬਣਦੀ ਹੈ। ਤ੍ਰਿਸ਼ਨਾ ਅਗਨ ਪਚਾਏ, ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਬੰਦੇ ਨੂੰ ਪਚਾਏ ਹਰ ਵੇਲੇ ਖਰਾਬ ਕਰਦੀ ਹੈ। ਤ੍ਰਿਸ਼ਨਾ ਦੀ ਅੱਗ ਹਰ ਵੇਲੇ ਖਰਾਬ ਕਰਦੀ ਹੈ, ਨਾ ਤ੍ਰਿਸ਼ਨਾ ਭਰੇ ਨਾ ਕਿਤੇ ਸੁੱਖ ਮਿਲੇ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪਚਾਏ ਕਹੀਏ ਖਰਾਬ ਹੁੰਦੇ, ਅਤੇ ਪਚਾਏ ਦਾ ਦੂਜਾ ਅਰਥ ਵਿਦਵਾਨ ਕਰਦੇ ਸੜ ਜਾਣਾ। ਤ੍ਰਿਸ਼ਨਾ ਦੀ ਅੱਗ ਵਿੱਚ ਬੰਦਾ ਹਰ ਵੇਲੇ ਸੜਦਾ ਹੈ, ਜੋ ਅੱਜ ਸਾਨੂੰ ਮਿਲਿਆ ਉਹਦੇ ਸੁੱਖ ਵਿੱਚ ਸੁਖੀ ਨਹੀਂ ਹੈ, ਕੱਲ੍ਹ ਨੂੰ ਕੀ ਮਿਲੇਗਾ ਉਹਦੀ ਤ੍ਰਿਸ਼ਨਾ ਵਿੱਚ ਦੁਖੀ ਹੈ ਬੰਦੇ ਦੀ ਹਾਲਤ, ਕੱਲ੍ਹ ਨੂੰ ਕੀ ਹੋਵੇਗਾ, ਪਰਸੋਂ ਕੀ ਹੋਵੇਗਾ, ਉਸਦੀ ਹਾਲਤ ਵਿੱਚ ਦੁਖੀ ਹੋਇਆ ਬੈਠਾ ਹੈ। ਸਦਾ ਆਨੰਦ ਰਾਮ ਰਸ ਰਾਤੇ, ਜੋ ਹਮੇਸ਼ਾ ਹੀ ਰਾਮ ਦੇ ਰਸ ਵਿੱਚ ਰਸੇ ਰਹਿੰਦੇ, ਉਹ ਗੁਰਮੁਖ ਆਨੰਦਿਤ ਰਹਿੰਦੇ ਹਨ। ਹਿਰਦੈ ਨਾਮ ਦੁਬਦਾ ਮਨ ਭਾਗੀ, ਉਹਨਾਂ ਦੇ ਹਿਰਦੇ ਵਿੱਚ ਨਾਮ ਹੈ ਤੇ ਦੁਬਦਾ ਉਹਨਾਂ ਦੀ ਭੱਜ ਗਈ, ਦੂਰ ਹੋ ਗਈ ਹੈ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ, ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਤ੍ਰਿਪਤਾ ਸੇ ਕਹੀਏ, ਫਿਰ ਉਹ ਤ੍ਰਿਪਤ ਹੋ ਗਿਆ, ਰੱਜ ਗਿਆ ਸਦਾ ਵਾਸਤੇ। ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ, ਉਹ ਪਾਰ ਬ੍ਰਹਮ ਪਰਮੇਸ਼ੁਰ ਨੇ ਸਾਰੀ ਸ੍ਰਿਸ਼ਟੀ ਆਪ ਬਣਾਈ ਹੈ। ਕੋਈ ਆਖਦਾ ਖੁਦਾ ਨੂੰ ਮਨਾਉਣ ਲੱਗਿਆ ਛੇ ਦਿਨ ਲੱਗ ਗਿਆ ਅਤੇ ਸੱਤਵੇਂ ਦਿਨ ਉਹ ਸੌਂ ਗਿਆ ਜਾਗ, ਕੋਈ ਆਖਦਾ ਇਸ ਦੁਨੀਆ ਨੂੰ ਬਣਾਉਣ ਵਾਸਤੇ ਬ੍ਰਹਮਾ ਲੱਗਾ ਹੋਇਆ। ਮਹਾਰਾਜ ਕਹਿੰਦੇ ਨਹੀਂ ਭਾਈ, ਆਪੇ ਪਾਰ ਬ੍ਰਹਮ ਸ੍ਰਿਸ਼ਟ ਸਾਜੀ, ਉਹਨੇ ਅਕਾਲ ਪੁਰਖ ਨੇ ਆਪੇ ਹੀ ਬਣਾਈ ਹੈ। ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ, ਲੱਖਾਂ ਉਹਨੇ ਇੱਕ ਵਾਰੀ ਬਣਾ ਦਿੱਤੇ, ਉਹ ਆਪ ਬਣਾਉਣ ਵਾਲਾ ਹੈ। ਸਿਰ ਸਿਰ ਧੰਦੇ ਲਾਏ, ਸਿਰ ਬ ਸਿਰ ਸਾਰਿਆਂ ਨੂੰ ਫਿਰ ਧੰਦੇ ਲਾਇਆ, ਕਿਸੇ ਨੂੰ ਕਿਸੇ ਕੰਮ, ਕਿਸੇ ਨੂੰ ਕਿਸੇ ਕੰਮ। ਬਟ ਆਪਾਂ ਬੈਠੇ ਹਾਂ ਇੰਨੇ ਸਰੀਰ ਦਰਬਾਰ ਦੇ ਵਿੱਚ, ਸਾਡੇ ਸਾਰਿਆਂ ਦਾ ਕੰਮ ਵੱਖੋ ਵੱਖਰਾ ਹੀ ਹੈ। ਕੋਈ ਮੋਚੀ ਬਣ ਗਿਆ, ਕੋਈ ਦਿਹਾੜੀਦਾਰ ਬਣ ਗਿਆ, ਕੋਈ ਅਫਸਰ ਬਣ ਗਿਆ, ਕੋਈ ਕਿਸੇ ਕੰਮ ਵਿੱਚ ਲੱਗਾ, ਕੋਈ ਕਿਸੇ ਕੰਮ ਵਿੱਚ ਲੱਗਾ। ਉਹਨੇ ਸਾਰਿਆਂ ਨੂੰ ਸਿਰ ਬਸਿਰ ਲਾਇਆ ਹੋਇਆ, ਕਿਸੇ ਨਾ ਕਿਸੇ ਧੰਦੇ ਵਿੱਚ ਸਭ ਨੂੰ ਪਾਇਆ ਹੈ। ਮਾਇਆ ਮੋਹ ਕੀਆ ਜਿਨ ਆਪੇ, ਉਸ ਅਕਾਲ ਪੁਰਖ ਨੇ ਇਹ ਮਾਇਆ ਦਾ ਮੋਹ ਆਪੇ ਹੀ ਪੈਦਾ ਕੀਤਾ। ਜੇ ਮਾਇਆ ਦਾ ਮੋਹ ਨਾ ਹੋਵੇ ਤਾਂ ਦੁਨੀਆ ਚੱਲੇ ਨਾ, ਮੋਹ ਕਰਕੇ ਹੀ ਸੰਸਾਰ ਚੱਲਦਾ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਬੱਚੇ ਦੀ ਗੰਦਗੀ ਸਾਫ਼ ਕਰਦੀ ਹੈ, ਉਹਨੂੰ ਦੁੱਧ ਪਿਆਉਂਦੀ ਹੈ, ਉਹਨੂੰ ਪਾਲਦੀ ਹੈ। ਇਹ ਸਭ ਕੁਝ ਤਾਂ ਹੁੰਦਾ ਪਿਆ ਕਿਉਂਕਿ ਪਰਮਾਤਮਾ ਨੇ ਮੋਹ ਪੈਦਾ ਕੀਤਾ। ਜੇ ਮੋਹ ਨਾ ਹੋਵੇ ਤਾਂ ਫਿਰ ਬੱਚੇ ਦੀ ਸੰਭਾਲ ਕੌਣ ਕਰੇਗਾ, ਉਹਨੂੰ ਪਾਲੇਗਾ ਕੌਣ। ਇਹ ਸਾਰਾ ਕੁਝ ਉਹਨੇ ਆਪੇ ਹੀ ਪੈਦਾ ਕੀਤਾ, ਮੋਹ ਵਿੱਚ ਵੀ ਆਪੇ ਲਾਇਆ, ਲੋਭ ਵਿੱਚ ਵੀ ਆਪੇ ਲਾਇਆ। ਸੰਸਾਰ ਨੂੰ ਚਲਾਉਣ ਵਾਸਤੇ ਉਹਨੇ ਕੋਈ ਨਾ ਕੋਈ ਇਹੋ ਜਿਹੇ ਸੰਸਾਰ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਲਾਇਆ ਹੈ। ਆਪੇ ਦੂਜਾ ਲਾਏ, ਆਪ ਹੀ ਉਹਨੇ ਈਰਖਾ ਵਿੱਚ ਲਾਏ ਨੇ। ਕਈਆਂ ਦਾ ਸੁਭਾਅ ਹੀ ਉਹਨੇ ਬਣਾ ਦਿੱਤਾ ਵੀ ਤੂੰ ਈਰਖਾ ਹੀ ਕਰੀ ਜਾਣੀ ਹੈ, ਕਈਆਂ ਨੂੰ ਸੁਭਾਅ ਬਣਾ ਦਿੱਤਾ ਵੀ ਤੂੰ ਮੋਹ ਕਰੀ ਜਾਣਾ, ਕਿਸੇ ਦਾ ਸੁਭਾਅ ਬਣਾ ਦਿੱਤਾ ਤੂੰ ਦੁਨੀਆ ਨਾਲ ਲੜਾਈ ਕਰੀ ਜਾਣੀ ਹੈ, ਕਿਸੇ ਨੂੰ ਚੁਗਲੀ ਵਾਲੇ ਪਾਸੇ, ਕਿਸੇ ਨੂੰ ਕਿਸੇ ਪਾਸੇ।
ਇਹ ਆਪੇ ਹੀ ਸਾਰੇ ਸੰਸਾਰ ਨੂੰ ਉਸਨੇ ਇਹਨਾਂ ਕਾਰਜਾਂ ਵਿੱਚ ਲਾਇਆ ਹੈ। ਇਸ ਨੂੰ ਕਿਉਂ ਕਹੀਏ ਜੇ ਦੂਜਾ ਹੋਵੇ? ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਤੋਂ ਬਿਨਾਂ ਫਿਰ ਹੋਰ ਕਿਹਨੂੰ ਕਹੀਏ, ਤਾਂ ਹੀ ਕਹੀਏ ਨਾ ਜੇ ਉਹਦੇ ਬਿਨਾਂ ਕੋਈ ਦੂਜਾ ਹੋਵੇ। ਸਭ ਤੁਦੈ ਮਹਿ ਸਮਾਏ, ਮਹਾਰਾਜ ਸਾਰੇ ਤੁਹਾਡੇ ਤੋਂ ਹੀ ਪੈਦਾ ਹੋਏ, ਜਿੰਨੇ ਜੀਵ ਨੇ ਤੇ ਇਹਨਾਂ ਨੇ ਤੁਹਾਡੇ ਵਿੱਚ ਹੀ ਸਮਾ ਜਾਣਾ ਹੈ। ਗੁਰਮੁਖ ਗਿਆਨ ਤਤ ਵਿਚਾਰਾ, ਜਿਹੜੇ ਗੁਰਮੁਖ ਨੇ ਉਹਨਾਂ ਨੇ ਤਤ ਗਿਆਨ ਵਿਚਾਰਿਆ। ਗੁਰਮੁਖਾਂ ਦਾ ਗਿਆਨ ਕੱਚਾ ਨਹੀਂ ਹੈ, ਸੰਸਾਰੀ ਲੋਕਾਂ ਦਾ ਗਿਆਨ ਕੱਚਾ। ਜਿਹੜੇ ਗੁਰਮੁਖ ਨੇ ਉਹਨਾਂ ਨੇ ਤਤ ਗਿਆਨ ਦੀ ਵਿਚਾਰ ਕੀਤੀ ਹੈ। ਜੋਤੀ ਜੋਤ ਮਿਲਾਏ, ਜਿਹੜੇ ਗੁਰਮੁਖ ਨੇ ਉਹਨਾਂ ਦੀ ਜੋਤੀ ਜਿਹੜੀ ਹੈ ਉਹ ਪਰਮਾਤਮਾ ਦੇ ਵਿੱਚ ਮਿਲ ਗਈ। ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲ ਗਈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਐਸੀ ਦਾਤ ਨੂੰ ਪਾਉਂਦੇ ਹਨ। ਸੋ ਪ੍ਰਭ ਸਾਚਾ ਸਦ ਹੀ ਸਾਚਾ, ਉਹ ਪਰਮਾਤਮਾ ਸੱਚਾ ਹੈ ਭਾਈ, ਸਦਾ ਹੀ ਸੱਚਾ ਹੈ, ਹਰ ਵੇਲੇ ਸੱਚ ਸਰੂਪ ਹੈ। ਸਾਚਾ ਸਭ ਆਕਾਰਾ, ਜਿੰਨੀ ਉਹਨੇ ਦੁਨੀਆਂ ਬਣਾਈ ਹੈ ਦੁਨੀਆਂ ਦਾ ਆਕਾਰ ਵੀ ਸੱਚਾ, ਪਿੱਛੇ ਵੀ ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੁਨੀਆਂ ਦਾ ਆਕਾਰ ਸੱਚਾ ਹੈ। ਨਾਨਕ ਸਤਿਗੁਰ ਸੋਜੀ ਪਾਈ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਉੱਪਰ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਨਾਮ ਬਾਣੀ ਦੀ ਸੋਝੀ ਪ੍ਰਾਪਤ ਕੀਤੀ ਹੈ। ਸੱਚ ਨਾਮ ਨਿਸਤਾਰਾ, ਉਹਨਾਂ ਗੁਰਮੁਖਾਂ ਦਾ ਸੰਸਾਰ ਤੋਂ ਨਿਸਤਾਰਾ ਕਹੀਏ ਭਲਾ ਹੁੰਦਾ ਹੈ। ਭੈਰੋਂ ਮਹੱਲਾ ਤੀਜਾ, ਭੈਰੋਂ ਰਾਗ ਦਾ ਇਹ ਸ਼ਬਦ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਨਾ ਗੋਇੰਦਵਾਲ ਦੀ ਧਰਤੀ 'ਤੇ ਇੱਕ ਸਿੱਖ ਨੇ ਆ ਕੇ ਮੱਥਾ ਟੇਕਿਆ। ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਹੈ। ਸਤਿਗੁਰਾਂ ਨੇ ਪੁੱਛਿਆ ਵੀ ਕੀ ਬੇਨਤੀ ਹੈ? ਕਹਿਣ ਲੱਗਾ ਮਹਾਰਾਜ ਇਹ ਦੱਸੋ ਕਿ ਜਿਹੜੇ ਸਤਯੁਗ ਦੇ ਵਿੱਚ ਲੋਕ ਸਨ ਉਹ ਕਿਸ ਤਰ੍ਹਾਂ ਦੇ ਸਨ, ਜਿਹੜੇ ਤ੍ਰੇਤੇ ਵਿੱਚ ਦੁਆਪਰ ਵਿੱਚ ਲੋਕ ਸਨ ਉਹ ਕਿਸ ਤਰ੍ਹਾਂ ਦੇ ਸਨ। ਇਹ ਤਾਂ ਪਿਛਲੇ ਯੁੱਗਾਂ ਦੀ ਗੱਲ ਹੋ ਗਈ। ਮਹਾਰਾਜ ਹੁਣ ਇਹ ਵੀ ਦੱਸੋ ਵੀ ਕਲਯੁੱਗ ਦੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਾਂ ਕਿਵੇਂ ਦੇ ਹਨ, ਇਹਦੇ ਬਾਰੇ ਵੀ ਦੱਸੋ ਆਪ। ਅਤੇ ਮਹਾਰਾਜ ਫਰਮਾਉਂਦੇ ਹਨ, ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਉਹ ਬੰਦਾ ਪ੍ਰੇਤ ਹੈ, ਪ੍ਰੇਤ ਕਹੀਏ ਭੂਤਨਾ ਹੈ, ਜਿਹਨੇ ਰੱਬ ਦੇ ਨਾਮ ਨੂੰ ਲੈਣਾ ਨਹੀਂ ਜਾਣਿਆ, ਜਿਹਦੇ ਮੂੰਹੋਂ ਕਦੇ ਨਹੀਂ ਨਾ ਨਿਕਲਿਆ ਵਾਹਿਗੁਰੂ, ਉਹ ਸਮਝ ਲਓ ਪ੍ਰੇਤ ਹੀ ਹੈ, ਪ੍ਰੇਤ ਦੇ ਮੂੰਹੋਂ ਨਹੀਂ ਨਿਕਲਦਾ। ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਕਲਯੁੱਗ ਦੇ ਵਿੱਚ ਜਿੰਨ ਪੈਦਾ ਹੋਣਗੇ ਭੂਤ ਨੇ, ਧੀ ਜਨੂਰਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ, ਉਹਨਾਂ ਦੇ ਪੁੱਤਰ ਉਹਨਾਂ ਦੀਆਂ ਧੀਆਂ ਭੂਤ ਨੇ ਅਤੇ ਭੂਤਨੀਆਂ ਹੀ ਹੋਣਗੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕੱਲ ਮੈਂ ਪ੍ਰੇਤ, ਕਲਯੁੱਗ ਦੇ ਵਿੱਚ ਉਹ ਲੋਕ ਪ੍ਰੇਤ ਭੂਤਨੇ ਨੇ ਜਿੰਨੀ ਰਾਮ ਨਾ ਪਛਾਤਾ, ਜਿਹਨੇ ਕਦੇ ਵੀ ਰਾਮ ਨੂੰ ਜਾਣਿਆ ਨਹੀਂ, ਜਿਹਨੇ ਕਦੇ ਰਾਮ ਦਾ ਨਾਮ ਨਹੀਂ ਲਿਆ, ਉਹ ਵਿਅਕਤੀ ਪ੍ਰੇਤ ਹੈ, ਪ੍ਰੇਤ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਸਤਯੁਗ ਪਰਮ ਹੰਸ ਵਿਚਾਰੀ, ਗੁਰਮੁਖੋ ਸਤਯੁਗ ਦੇ ਵਿੱਚ ਲੋਕ ਪਰਮ ਹੰਸ ਸਨ। ਹੰਸ ਦੀ ਬਿਰਤੀ ਇਹ ਹੈ, ਤੁਸੀਂ ਇੱਕ ਭਾਂਡੇ ਵਿੱਚ ਦੁੱਧ ਅਤੇ ਪਾਣੀ ਇਕੱਠਾ ਕਰਕੇ ਰੱਖ ਦਿਓ, ਮਿਲਾ ਕੇ ਦੁੱਧ ਵਿੱਚ ਪਾਣੀ ਪਾ ਦਿਓ, ਅਤੇ ਉਹ ਜਿਹੜਾ ਦੁੱਧ ਹੈ ਹੰਸ ਦੇ ਅੱਗੇ ਰੱਖ ਦਿਓ ਵੀ ਹੰਸ ਦੁੱਧ ਨੂੰ ਪੀਵੇ। ਗੁਰਮੁਖੋ ਹੰਸ ਦਾ ਸੁਭਾਅ ਇਹ ਹੈ ਵੀ ਪਾਣੀ ਨਹੀਂ ਪੀਂਦਾ, ਹੰਸ ਦੁੱਧ ਪੀਂਦਾ।
ਪਰ ਮਿਲਾਵਟ ਕਰਨ ਵਾਲੇ ਨੇ ਤਾਂ ਮਿਲਾਵਟ ਕਰ ਦਿੱਤੀ ਹੈ ਨਾ, ਹੁਣ ਹੰਸ ਕੀ ਕਰੇਗਾ। ਪਰਮਾਤਮਾ ਨੇ ਉਹਦੀ ਚੁੰਝ ਵਿੱਚ ਇੰਨੀ ਖਟਿਆਈ ਪੈਦਾ ਕੀਤੀ ਹੈ, ਜਦੋਂ ਉਹ ਹੰਸ ਆਪਣੀ ਚੁੰਝ ਉਸ ਦੁੱਧ ਵਾਲੇ ਭਾਂਡੇ ਵਿੱਚ ਪਾਵੇਗਾ ਨਾ, ਉਹ ਦੁੱਧ ਫੁੱਟ ਜਾਵੇਗਾ। ਉਸੇ ਵੇਲੇ ਆਪਾਂ ਦੁੱਧ ਨੂੰ ਫਟਾਉਂਦੇ ਹਾਂ ਨਾ, ਅਤੇ ਫਿਰ ਪਾਣੀ ਵੱਖਰਾ ਹੋ ਜਾਂਦਾ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ। ਹੰਸ ਦੀ ਚੁੰਝ ਜਦੋਂ ਦੁੱਧ ਵਿੱਚ ਪੈ ਗਈ, ਉਹ ਫੁੱਟ ਜਾਣਾ ਉਸੇ ਵੇਲੇ, ਉਹ ਫੁੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਸਤਯੁਗ ਦੇ ਵਿੱਚ ਗੁਰਮੁਖ ਸਨ, ਉਹ ਇਸ ਤਰ੍ਹਾਂ ਦੇ ਸਨ, ਤਤ ਮਿੱਥਿਆ ਦਾ ਵਿਚਾਰ ਕਰਨ ਵਾਲੇ, ਸ਼ੁੱਭ ਵਿਚਾਰ ਕਰਨ ਵਾਲੇ ਮਹਾਤਮਾ ਮਹਾਂਪੁਰਖ, ਜਿਹੜੇ ਅਨਾਤਮਕ ਵਸਤੂ ਦਾ ਤਿਆਗ ਕਰਕੇ ਆਤਮ ਵਸਤੂ ਦਾ ਗ੍ਰਹਿਣ ਕਰਦੇ, ਇਸ ਤਰ੍ਹਾਂ ਦੇ ਗੁਰਮੁਖ ਹਨ। ਦੁਆਪਰ ਤ੍ਰੇਤੇ ਮਾਨਸ ਵਰਤਾ, ਦੁਆਪਰ ਦੇ ਵਿੱਚ ਲੋਕ ਅਤੇ ਤ੍ਰੇਤੇ ਦੇ ਵਿੱਚ ਲੋਕ ਮਾਨਸ ਕਹੀਏ, ਮਾਣ ਦੇ ਸਹਿਤ ਸਨ। ਦੁਆਪਰ ਵਾਲੇ ਕਹਿੰਦੇ ਵੀ ਸਾਡੇ ਵਰਗਾ ਕੋਈ ਨਹੀਂ ਹੋਣਾ, ਅਤੇ ਤ੍ਰੇਤੇ ਵਾਲੇ ਕਹਿੰਦੇ ਵੀ ਸਾਡੇ ਵਰਗਾ। ਮਹਾਰਾਜ ਕਹਿੰਦੇ ਤ੍ਰੇਤੇ ਯੁੱਗ ਦੇ ਲੋਕਾਂ ਨੂੰ ਵੀ ਮਾਣ ਸੀਗਾ, ਅਤੇ ਰਾਵਣ ਨੂੰ ਮਾਣ ਹੀ ਸੀਗਾ, ਤਾਂ ਹੀ ਸੀਤਾ ਨੂੰ ਚੁੱਕ ਕੇ ਲੈ ਗਿਆ, ਕਿਸੇ ਦੂਜੇ ਘਰ ਦੀ ਜਨਾਨੀ ਨੂੰ ਅਗਵਾ ਕਰਕੇ ਲਿਜਾਣਾ, ਇਹ ਮਾਣ ਹੀ ਹੈ ਨਾ। ਕਹਿੰਦੇ ਤ੍ਰੇਤੇ ਯੁੱਗ ਵਿੱਚ ਵੀ ਲੋਕਾਂ ਨੂੰ ਮਾਣ ਹੈ, ਅਤੇ ਦੁਆਪਰ ਯੁੱਗ ਦੇ ਵਿੱਚ ਆ ਗਿਆ ਦੁਰਯੋਧਨ। ਦੁਰਯੋਧਨ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਸੀ, 12 ਪਿੰਡ ਦੇ ਦੇ ਆਪਣੇ ਭਰਾਵਾਂ ਨੂੰ, ਜੂਏ ਵਿੱਚ ਹਾਰ ਗਿਆ ਤੇਰੇ ਕੋਲੋਂ। ਅਤੇ ਉਸ ਵੇਲੇ ਦੁਰਯੋਧਨ ਨੇ ਬੜੇ ਹੰਕਾਰ ਦੇ ਨਾਲ ਆਖਿਆ ਸੀ, 12 ਪਿੰਡ ਹੈ, ਪਿੰਡ ਤਾਂ ਬੜੀ ਦੂਰ ਦੀ ਗੱਲ ਹੈ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਾ ਦੇਵਾਂ। ਇਹ ਸਾਖੀ ਇਤਿਹਾਸ ਆਪਾਂ ਸੁਣਿਆ ਨਾ ਕਈ ਵਾਰ। ਪਾਤਸ਼ਾਹ ਕਹਿਣ ਲੱਗੇ, ਦੁਆਪਰ ਦੇ ਵਿੱਚ ਵੀ ਲੋਕ ਮਾਣ ਵਿੱਚ ਹੀ ਸਨ, ਐਸੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਕਬੀਰ ਸਾਹਿਬ ਜੀ ਕਹਿਣ ਲੱਗੇ, ਮਾਇਆ ਛੱਡੀ ਤਾਂ ਬੰਦਿਆ ਕੀ ਹੋ ਗਿਆ, ਜੇ ਅਜੇ ਤੱਕ ਮਾਨ ਨਹੀਂ ਛੱਡਿਆ। ਮਾਨ ਮੁਨੀ ਮੁਨਵਰ ਗਲੇ ਮਾਨ, ਸਭੈ ਕੋ ਖਾਏ, ਇਹ ਮਾਨ ਨੇ ਸਾਰੇ ਖਾ ਲਏ ਹਨ। ਵਿਰਲਾ ਹਉਮੈ ਮਾਰੀ, ਕੋਈ ਵਿਰਲਾ ਹੀ ਹੈ ਜਿਸਨੇ ਹਉਮੈ ਨੂੰ ਮਾਰਿਆ। ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਵਿਰਲੇ ਨੇ ਜਿਨ੍ਹਾਂ ਨੇ ਤ੍ਰੇਤੇ ਜਾਂ ਦੁਆਪਰ ਵਿੱਚ ਹਉਮੈ ਨੂੰ ਮਾਰਿਆ ਹੈ। ਕਲਮੈ ਰਾਮ ਨਾਮ ਵਡਿਆਈ, ਗੁਰਮੁਖੋ ਜਿਸ ਯੁੱਗ ਵਿੱਚ ਆਪਾਂ ਆਏ ਹਾਂ, ਇਹਨੂੰ ਕਿਹਾ ਜਾਂਦਾ ਕਲ ਯੁੱਗ। ਕਲ ਨਾਮ ਹੈ ਕਲੇਸ਼ ਦਾ, ਇਹ ਕਲੇਸ਼ ਦਾ ਯੁੱਗ ਹੈ। ਤੁਸੀਂ ਕਿਤੇ ਮਰਜ਼ੀ ਚਲੇ ਜਾਓ, ਸੜਕ 'ਤੇ ਤੁਰੇ ਜਾਓਗੇ ਨਾ, ਉੱਥੇ ਵੀ ਕੋਈ ਨਾ ਕੋਈ ਲੜਦਾ ਹੀ ਤੁਹਾਨੂੰ ਦਿਸੇਗਾ, ਇੱਕ ਦੂਜੇ ਨਾਲ ਲੋਕ ਹੀ ਹੈ ਲੜਦੇ ਪਏ ਸੜਕਾਂ 'ਤੇ। ਗਲੀ ਵਿੱਚ ਤੁਰੇ ਜਾਓ ਤਾਂ ਉੱਥੇ ਕਲੇਸ਼ ਪਿਆ, ਗੁਆਂਢੀਆਂ ਦਾ ਗੁਆਂਢੀ ਨਾਲ ਕਲੇਸ਼ ਪੈ ਗਿਆ, ਘਰ ਦਾ ਘਰੇ ਕਲੇਸ਼ ਬਣਿਆ ਹੋਇਆ, ਸਰਕਾਰ ਦਾ ਦੂਜੇ ਮੰਤਰੀਆਂ ਨਾਲ ਕਲੇਸ਼ ਬਣਿਆ, ਇਹ ਯੋਗੀ ਕਲੇਸ਼ ਦਾ। ਪਾਤਸ਼ਾਹ ਕਹਿਣ ਲੱਗੇ, ਕਲਯੁੱਗ, ਇਹ ਜਿਹੜਾ ਕਲਯੁੱਗ ਦਾ ਸਮਾਂ ਹੈ, ਇਹ ਕਲੇਸ਼ ਦਾ ਸਮਾਂ ਹੈ, ਪਰ ਇਹਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ। ਥੋੜ੍ਹਾ ਜਿਹਾ ਵੀ ਨਾਮ ਜਪੋਗੇ ਨਾ, ਉਹਦਾ ਫਲ ਬਹੁਤਾ ਮਿਲੇਗਾ। ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਲਯੁੱਗ ਦੇ ਵਿੱਚ ਰੱਬ ਦੇ ਗੁਣ ਗਾਉਣ ਦਾ ਵੱਡਾ ਪੁੰਨ ਹੈ, ਜਿਹੜਾ ਕਿਹਾ ਨਹੀਂ ਜਾਂਦਾ ਹੈ। ਯੁੱਗ ਯੁੱਗ ਗੁਰਮੁਖੇ ਕੋ ਜਾਤਾ, ਹਰੇਕ ਯੁੱਗ ਵਿੱਚ ਗੁਰਮੁਖਾਂ ਨੇ ਇੱਕ ਪਰਮਾਤਮਾ ਨੂੰ ਜਾਤਾ ਜਾਣਿਆ, ਭਾਵੇਂ ਉਹ ਸਤਯੁਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਅਤੇ ਕਲਯੁੱਗ ਹੋਵੇ। ਗੁਰਮੁਖ ਸਤਯੁਗ ਦੇ ਵਿੱਚ ਵੀ ਸਨ, ਤ੍ਰੇਤੇ ਅਤੇ ਦੁਆਪਰ ਵਿੱਚ ਵੀ ਹਨ, ਅਤੇ ਗੁਰਮੁਖ ਕਲਯੁੱਗ ਦੇ ਵਿੱਚ ਵੀ ਹਨ। ਇਹਨਾਂ ਸਾਰਿਆਂ ਯੁੱਗਾਂ ਵਿੱਚ ਇੱਕ ਪਰਮੇਸ਼ਰ ਨੂੰ ਉਹਨਾਂ ਨੇ ਜਾਣਿਆ ਹੈ। ਮੁਕਤ ਨਾ ਪਾਈ, ਕਿਉਂਕਿ ਉਹਨਾਂ ਨੇ ਜਾਣ ਲਿਆ ਵੀ ਨਾਮ ਜਪੇ ਬਿਨਾਂ ਮੁਕਤੀ ਨਹੀਂ ਹੁੰਦੀ ਹੈ।
ਹਿਰਦੇ ਨਾਮ ਲਖੈ ਜਨ ਸਾਚਾ। ਜਿਸ ਗੁਰਮੁਖ ਨੇ ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਲੱਖ ਕਹੀਏ ਜਾਣਿਆ ਹੈ, ਉਹਨਾਂ ਨੇ ਉਸਦੇ ਨਾਮ ਨੂੰ ਜਪਿਆ ਹੈ। ਗੁਰਮੁਖ ਮਨ ਵਸਾਈ, ਉਹ ਫਿਰ ਗੁਰਮੁਖ ਗੁਰੂ ਦੀ ਭਗਤੀ ਨੂੰ ਮਨ ਵਿੱਚ ਵਸਾ ਲੈਂਦੇ ਹਨ। ਆਪ ਤਰੇ ਸਗਲੇ ਕੁਲ ਤਾਰੇ, ਨਾਮ ਜਪਣ ਵਾਲਾ ਗੁਰਮੁਖ ਉਹ ਆਪ ਤਰ ਜਾਂਦਾ। ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਵੀ, ਜਿਹਨੇ ਨਾਮ ਜਪਿਆ ਉਹ ਆਪ ਤਰ ਗਿਆ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਉਹਦੀਆਂ ਕੁੱਲਾਂ ਤਰ ਗਈਆਂ। ਗੁਰਬਾਣੀ ਇਹ ਗੱਲ ਫਰਮਾਉਂਦੀ ਹੈ ਵੀ ਨਾਮ ਜਪਣ ਵਾਲੇ ਦੀਆਂ 21 ਕੁੱਲਾਂ ਦਾ ਭਲਾ ਹੁੰਦਾ, ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਅਤੇ ਸੱਤ ਸਹੁਰਿਆਂ ਦੀਆਂ, ਇਸ ਤਰ੍ਹਾਂ 21 ਕੁੱਲਾਂ ਦਾ ਭਲਾ। ਧਾਰਮਿਕ ਗ੍ਰੰਥਾਂ ਦੇ ਵਿੱਚ ਨਾਮ ਜਪਣ ਵਾਲੇ ਦੀ 101 ਕੁੱਲ ਦਾ ਭਲਾ ਹੁੰਦਾ ਸ਼ਾਸਤਰਾਂ ਵਿੱਚ ਲਿਖਿਆ, ਉਹਦੇ ਵਿੱਚ ਗਿਣਤੀ ਲਿਖੀ ਹੈ ਜਿਹਨੇ ਨਾਮ ਜਪਿਆ ਉਹਦੀਆਂ ਕੁੱਲਾਂ ਕਿਵੇਂ ਤਰ ਜਾਂਦੀਆਂ। ਉਹਦੀਆਂ ਮਾਸੀ ਦੀਆਂ ਕੁੱਲਾਂ, ਭੂਆ ਦੀਆਂ ਕੁੱਲਾਂ, ਭੈਣ ਦੀਆਂ ਕੁੱਲਾਂ, ਆਪਣੇ ਬਾਪ ਦੀਆਂ ਕੁੱਲਾਂ, ਆਪਣੀ ਮਾਂ ਦੀਆਂ ਕੁੱਲਾਂ, ਆਪਣੇ ਭਰਾ ਦੀਆਂ ਕੁੱਲਾਂ, ਉਹਨਾਂ ਦਾ ਜ਼ਿਕਰ ਕੀਤਾ ਵੀ ਇੰਨੀਆਂ ਇੰਨੀਆਂ ਕੁੱਲਾਂ ਤਰ ਜਾਂਦੀਆਂ ਅਤੇ ਉਹਨਾਂ ਦੀ ਗਿਣਤੀ 101 ਲਿਖੀ ਹੈ। ਨਾਮ ਦਾ ਪ੍ਰਤਾਪ ਐਸਾ ਹੈ, ਮਾਸੀ ਦਾ ਪਰਿਵਾਰ ਦਾ ਭਲਾ ਹੋ ਗਿਆ, ਭੂਆ ਦੇ ਪਰਿਵਾਰ ਦਾ, ਭੈਣ ਦੇ ਪਰਿਵਾਰ ਦਾ, ਭਰਾ ਦੇ ਪਰਿਵਾਰ ਦਾ, ਅਤੇ ਮਾਂ ਬਾਪ ਦੇ, ਪਿਛਲੇ ਪੇਕਿਆਂ ਦੇ, ਪਿਛਲੇ ਵੱਡਿਆਂ ਦੇ ਪਰਿਵਾਰਾਂ ਦਾ ਭਲਾ ਹੋ ਗਿਆ। ਐਸੀ ਨਾਮ ਦੀ ਮਹਿਮਾ ਹੈ। ਜਿਹਨੇ ਰਾਮ ਨਾਮ ਲਿਵ ਲਾਈ, ਜਿਨ੍ਹਾਂ ਨੇ ਰਾਮ ਦੇ ਨਾਮ ਦੇ ਵਿੱਚ ਲਿਵ ਲਾਈ ਉਹ ਤਰ ਗਏ ਹਨ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਸਤਿਗੁਰੂ ਕਹਿਣ ਲੱਗੇ ਸਾਡਾ ਉਹ ਪਰਮੇਸ਼ੁਰ ਗੁਣਾਂ ਦਾ ਦਾਤਾ, ਗੁਣ ਹੀ ਗੁਣ ਉਹਦੇ ਕੋਲ ਅਤੇ ਗੁਣ ਹੀ ਗੁਣ ਉਹ ਦਿੰਦਾ ਹੈ, ਐਸਾ ਉਹ ਗੁਣਾਂ ਦਾ ਦਾਤਾ ਹੈ। ਅਵਗਣ ਸ਼ਬਦ ਚਲਾਏ, ਜਿਹੜੇ ਅਵਗਣ ਨੇ ਨਾਮ ਜਪਣ ਵਾਲਿਆਂ ਨੇ ਗੁਰੂ ਸ਼ਬਦ ਦੇ ਨਾਲ ਅਵਗੁਣਾਂ ਨੂੰ ਹੀ ਸਾੜ ਦਿੱਤਾ ਹੈ। ਜਿਨ ਮਨ ਵਸਿਆ ਸੇ ਜਨ ਸੋਹੇ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਸਿਆ ਉਹ ਗੁਰਮੁਖ ਸਦਾ ਹੀ ਸੋਹੇ ਕਹੀਏ ਸੋਭਾ ਵਾਲੇ ਹਨ। ਹਿਰਦੇ ਨਾਮ ਵਸਾਏ, ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਵਸਾਇਆ ਉਹ ਤਰ ਗਏ ਹਨ। ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਸਤਿਗੁਰਾਂ ਨੇ ਕਿਰਪਾ ਕਰਕੇ ਸਰੀਰ ਘਰ ਦੇ ਅੰਦਰ ਮਹਿਲ ਕਹੀਏ ਸਰੂਪ ਜਿਨ੍ਹਾਂ ਨੂੰ ਦਿਖਾਇਆ ਹੈ। ਰੰਗ ਸਿਉ ਰਲੀਆਂ ਮਾਣੈ, ਉਹ ਫਿਰ ਬੜੇ ਪ੍ਰੇਮ ਦੇ ਨਾਲ ਪਰਮਾਤਮਾ ਦੇ ਨਾਲ ਰਲੀਆਂ ਕਹੀਏ ਖੁਸ਼ੀਆਂ ਮਾਣਦੇ ਹਨ। ਜੋ ਕੁਛ ਕਹੈ ਸੋ ਭਲਾ ਕਰ ਮਾਣੈ, ਵਾਹਿਗੁਰੂ ਜੋ ਕੁਝ ਕਹਿੰਦਾ ਹੈ, ਪਰਮੇਸ਼ੁਰ ਜੋ ਕੁਝ ਕਹਿੰਦਾ ਗੁਰਮੁਖ ਭਲਾ ਕਰਕੇ ਮੰਨਦੇ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਪਾਰ ਅਨੂਪ, ਨਿਰਮਲ 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 ਤੇਰੀ ਬਾਣੀ, ਘਾਟ ਘਾਟ ਸੁਣੀ ਸ਼ਰਵਣ ਬਖਿਆਨੀ, ਪਵਿੱਤਰ 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 ਪੁਨੀਤ। ਮਹਾਰਾਜ ਦੇ ਬਾਣੀ ਦੇ ਬਚਨ ਕਹਿੰਦੇ ਇਸ ਤਰ੍ਹਾਂ ਗੁਰਮੁਖ ਤਰ ਜਾਂਦੇ ਹਨ। ਨਾਨਕ ਨਾਮ ਵਖਾਣਾ, ਜਿਹੜੇ ਇਸ ਤਰ੍ਹਾਂ ਨਾਮ ਦਾ ਵਖਿਆਨ ਕਰਦੇ ਉਹ ਗੁਰਮੁਖ ਤਰਦੇ ਨੇ, ਉਹਨਾਂ ਦਾ ਭਲਾ ਹੋ ਜਾਂਦਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਉ ਮੇਲੋ। ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸਿਉ ਰਲੀਆਂ ਮਾਣੈ, ਜੋ ਕੁਛ ਕਹੈ ਸੋ ਭਲਾ ਕਰ ਮਾਣੈ, ਨਾਨਕ ਨਾਮ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।